ਨਮਸਕਾਰ, ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਪੰਜਾਬ ਪੁਆਇੰਟਸ, ਤੁਹਾਡਾ ਸਵਾਗਤ ਹੈ। ਅੱਜ ਪੰਜਾਬ ਪੁਆਇੰਟ ਦੇ ਵਿੱਚ ਗੱਲ ਕਰਾਂਗੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਹੋਇਆਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੱਠਜੋੜ ਦੀ ਰਾਜਨੀਤੀ ਯਾਨੀ ਸਿਆਸਤ ਕਿਸ ਤਰੀਕੇ ਨਾਲ ਹੋਵੇਗੀ। ਅਗਰ ਮੁਲਕ ਦੀ ਗੱਲ ਕਰੀਏ ਤਾਂ ਮੁਲਕ ਦੇ ਵਿੱਚ NDA ਵਰਸਿਸ UPA ਚੱਲ ਰਿਹਾ, ਪਰ ਕਿਤੇ ਨਾ ਕਿਤੇ ਸੂਬੇ ਦੇ ਵਿੱਚ ਜਿਹੜੀ ਖੇਤਰੀ ਪਾਰਟੀਆਂ ਨੇ, ਛੋਟੀਆਂ ਅਤੇ ਨਵੀਆਂ ਪਾਰਟੀਆਂ, ਇੱਕ ਵੱਖਰਾ ਬਦਲ ਪੇਸ਼ ਕਰਨ ਦੀ ਕਵਾਇਦ ਦੇ ਵਿੱਚ ਨੇ, ਕੋਸ਼ਿਸ਼ ਕਰ ਰਹੀਆਂ ਨੇ ਕਿ ਸੂਬੇ ਦੇ ਲੋਕਾਂ ਨੂੰ ਇੱਕ ਵੱਖਰਾ ਬਦਲ ਦਿੱਤਾ ਜਾ ਸਕੇ। ਮੁਲਕ ਦੀ ਗੱਠਬੰਧਨ ਦੀ ਸਿਆਸਤ, ਗੱਠਜੋੜ ਦੀ ਸਿਆਸਤ ਜਿਹੜੀ ਹੈ ਉਹ ਅੱਜ ਕੀ ਸੂਬਿਆਂ ਦੇ ਵਿੱਚ ਉਨੀ ਹੀ ਇਨਫਲੂਐਂਸ਼ੀਅਲ ਯਾਨੀ ਪ੍ਰਭਾਵੀ ਹੈ, ਜਾਂ ਫਿਰ ਸੂਬਿਆਂ ਦੀ ਆਪਣੀਆਂ ਛੋਟੀਆਂ ਅਤੇ ਨਵੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਗੱਠਜੋੜ ਇਸ ਵਾਰ ਹਾਵੀ ਹੋਣਗੇ? ਅੱਜ ਇਸੇ ਨੂੰ ਲੈ ਕੇ ਜਿਹੜਾ ਹੈ ਪੰਜਾਬ ਪੁਆਇੰਟ ਦੇ ਵਿੱਚ ਅਸੀਂ ਅੱਜ ਚਰਚਾ ਕਰਨ ਜਾ ਰਹੇ ਹਾਂ। ਸਵਾਲ ਖੜਾ ਹੋ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਗੱਠਜੋੜ ਆਸਰੇ ਹੀ ਰਹਿਣਗੀਆਂ ਪਾਰਟੀਆਂ? ਕੌਮੀ ਅਤੇ ਖੇਤਰੀ ਗੱਠਜੋੜ ਨੂੰ ਕਿੰਝ ਸਮਝਣ ਮੁਲਕ ਵਾਸੀ, ਅਤੇ ਕੀ NDA ਅਤੇ UPA 'ਤੇ ਭਾਰੀ ਪੈਣਗੇ ਖੇਤਰੀ ਗੱਠਜੋੜ, ਅਤੇ ਕੀ ਪੰਜਾਬ 'ਚ ਛੋਟੀ ਪਾਰਟੀਆਂ ਦੇ ਗੱਠਜੋੜ ਪ੍ਰਭਾਵੀ ਹੋਣਗੇ, ਭਾਰੂ ਹੋਣਗੇ, ਵਜ਼ਨਦਾਰ ਹੋਣਗੇ? ਅਜੇ ਜਾਣ ਦੀ ਲੋੜ ਹੈ। ਪੰਜਾਬ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਗੱਠਜੋੜ ਜਿਹੜੇ ਨੇ ਉਹ ਬਣਨ ਜਾ ਰਹੇ ਨੇ, ਗੱਠਜੋੜ ਹੋ ਰਹੇ ਨੇ, ਹੋਣ ਵਾਲੇ ਨੇ, ਟੁੱਟ ਰਹੇ ਨੇ? ਪੰਜਾਬ ਦੇ ਲੋਕ ਆਉਂਦੀਆਂ ਚੋਣਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਪਾਰਟੀਆਂ ਦੀ ਸਿਆਸਤ ਨੂੰ ਸਮਝਣ, ਗੱਠਜੋੜ ਦੀ ਸਿਆਸਤ ਨੂੰ ਸਮਝਣ, ਇਹ ਵੱਡਾ ਵਿਸ਼ਾ ਹੈ, ਕਿਉਂਕਿ ਲੋਕਾਂ ਦੀ ਵੋਟ ਦੀ ਕੀਮਤ ਬਹੁਤ ਵੱਡੀ ਹੈ। ਅਤੇ ਇਸ ਕਰਕੇ ਅੱਜ ਇਸੇ ਮੁੱਦੇ ਨੂੰ ਅਸੀਂ ਚੁੱਕਣ ਜਾ ਰਹੇ ਹਾਂ। ਛੋਟੀ ਜਿਹੀ ਰਿਪੋਰਟ ਵੇਖਦੇ ਹਾਂ, ਉਸ ਤੋਂ ਬਾਅਦ ਚਰਚਾ ਆਰੰਭ ਕਰਾਂਗੇ। ਮੁਲਕ 'ਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਅਤੇ ਇਸ ਲਈ ਵੱਖ ਵੱਖ ਕੌਮੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੇ ਕਮਰ ਕੱਸੇ ਕਰ ਲਏ। ਦੇਸ਼ 'ਚ ਦੋ ਧੜੇ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ। ਭਾਜਪਾ ਅਤੇ ਹਮਖਿਆਲੀ ਪਾਰਟੀਆਂ ਦਾ NDA ਅਤੇ ਕਾਂਗਰਸ ਅਤੇ ਹਮਖਿਆਲੀਆਂ ਦਾ UPA ਮੈਦਾਨ 'ਚ ਜ਼ੋਰ ਅਜਮਾਇਸ਼ ਦੀ ਤਿਆਰੀ 'ਚ ਹੈ। ਪਰ ਇਸ ਵਾਰ ਵੀ ਪਹਿਲਾਂ ਗੱਠਜੋੜ ਦੀ ਸਿਆਸਤ ਹੀ ਦੇਸ਼ ਦੀਆਂ ਆਉਂਦੀਆਂ ਚੋਣਾਂ 'ਚ ਭਾਰੂ ਰਹਿਣ ਵਾਲੀ ਹੈ। ਮੁਲਕ ਦੇ 22 ਵੱਡੇ ਅਜਿਹੇ ਸੂਬੇ ਨੇ ਜਿੱਥੇ ਕੁੱਲ 545 ਲੋਕ ਸਭਾ ਸੀਟਾਂ 'ਚ 94% ਸੀਟਾਂ ਆਉਂਦੀਆਂ ਨੇ। ਇਹਨਾਂ ਦੇ ਵਿੱਚ 8 ਸੂਬੇ ਅਜਿਹੇ ਨੇ ਜਿੱਥੇ ਭਾਜਪਾ ਅਤੇ ਕਾਂਗਰਸ ਦੇ ਵਿਚਾਲੇ ਸਿੱਧਾ ਮੁਕਾਬਲਾ ਹੈ। 7 ਸੂਬੇ ਅਜਿਹੇ ਨੇ ਜਿੱਥੇ ਭਾਜਪਾ, ਕਾਂਗਰਸ ਅਤੇ ਖੇਤਰੀ ਪਾਰਟੀਆਂ ਦੇ ਵਿਚਾਲੇ ਮੁਕਾਬਲਾ ਹੈ। 4 ਸੂਬੇ ਅਜਿਹੇ ਨੇ ਜਿੱਥੇ NDA ਅਤੇ UPA ਦੇ ਹਮਖਿਆਲੀ ਪਾਰਟੀਆਂ ਦੇ ਵਿਚਕਾਰ ਕੜਾ ਮੁਕਾਬਲਾ ਹੈ। ਤਾਂ ਦੱਸ ਦਈਏ ਕਿ NDA ਦੇ ਵਿੱਚ ਇਸ ਵੇਲੇ 42 ਪਾਰਟੀਆਂ ਨੇ, ਜਿਸ ਦੇ ਵਿੱਚ 9 ਪਾਰਟੀਆਂ ਦੇ ਸਾਂਸਦ ਸੰਸਦ ਦੇ ਵਿੱਚ ਪਹੁੰਚੇ ਹੋਏ ਨੇ। ਉਹਤੇ ਹੀ UPA ਦੇ ਵਿੱਚ ਇਸ ਵੇਲੇ 28 ਪਾਰਟੀਆਂ ਨੇ, ਜਿਨ੍ਹਾਂ ਦੇ 64 ਸਾਂਸਦ ਸੰਸਦ 'ਚ ਨੇ। ਉਹਤੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਤਾਂ ਇੱਥੇ ਭਾਜਪਾ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਹੈ ਅਤੇ ਦੋਹਾਂ ਪਾਰਟੀਆਂ ਸੂਬੇ ਦੀਆਂ 13 ਲੋਕ ਸਭਾ ਸੀਟਾਂ 'ਤੇ ਮਿਲ ਕੇ ਚੋਣਾਂ ਲੜਨਗੀਆਂ। ਸਮਝੌਤੇ ਦੇ ਮੁਤਾਬਕ ਅਕਾਲੀ ਦਲ 10 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 3 ਸੀਟਾਂ 'ਤੇ ਚੋਣ ਲੜੇਗੀ। ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਤੋਂ ਵੱਖ ਕਾਂਗਰਸ ਇਕੱਲਿਆਂ ਹੀ ਚੋਣ ਮੈਦਾਨ 'ਚ ਉਤਰ ਰਹੀ ਹੈ। ਸ਼ਾਹ ਜੀ ਕੇ ਸਾਥ ਮੀਟਿੰਗ ਹੋਈ, ਮਾਰੀ ਪਾਰਟੀ ਕੀ ਸੀਨੀਅਰ ਲੀਡਰਸ਼ਿਪ ਔਰ BJP ਕੀ ਸੀਨੀਅਰ ਲੀਡਰਸ਼ਿਪ ਕੀ ਮੀਟਿੰਗ ਹੋਈ, ਜਹਾਂ ਫੈਸਲਾ ਕੀਆ ਗਿਆ ਕਿ ਹਮ ਜੁਆਇੰਟਲੀ ਜੋ ਇਲੈਕਸ਼ਨ ਕੈਂਪੇਨ ਹੈ ਜੁਆਇੰਟਲੀ ਲੜੇਂਗੇ, 13 ਸੀਟੋਂ ਪਰ ਲੜੇਂਗੇ। ਜੋ ਹਮਾਰੀ ਓਰਿਜਨਲ 3 ਸੀਟਾਂ BJP ਲੜਤੀ ਵੋ ਲੜੇਗੀ, 10 ਸੀਟਾਂ ਹਮ ਲੜਤੇ ਤੇ ਹਮ ਲੜੇਂਗੇ। ਸੋ ਦੇ ਵਿਲ ਬੀ ਨੋ ਐਕਸਚੇਂਜ ਆਫ ਸੀਟਸ, ਔਰ ਹਮਾਰੀ ਪਹਿਲੇ ਜੋ ਐਕਟੀਵਿਟੀਜ਼ ਹੋਗੀ, ਇੱਕ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਹੈ ਔਰ ਹਮ ਜੁਆਇੰਟਲੀ ਇਹ ਸਟ੍ਰੈਟਜੀ ਬਣਾ ਕਰ ਇਲੈਕਸ਼ਨ ਲੜੇਗੀ। ਪਰ ਉੱਥੇ ਹੀ ਪੰਜਾਬ 'ਚ ਨਵੀਆਂ ਅਤੇ ਛੋਟੀਆਂ ਪਾਰਟੀਆਂ ਜਿਵੇਂ ਕਿ ਲੋਕ ਇਨਸਾਫ਼ ਪਾਰਟੀ,
ਪੰਜਾਬ ਏਕਤਾ ਪਾਰਟੀ, ਬਸਪਾ ਅਤੇ ਡਾਕਟਰ ਧਰਮਵੀਰ ਗਾਂਧੀ ਦਾ ਫਰੰਟ ਆਪਣੇ ਵੱਖਰੇ ਗਠਜੋੜ ਤੋਂ ਪੰਜਾਬ ਡੈਮੋਕਰੈਟਿਕ ਅਲਾਇੰਸ ਦੇ ਝੰਡੇ ਹੇਠਾਂ ਚੋਣ ਲੜਨ ਜਾ ਰਿਹਾ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਵੀ ਆਪਣੇ ਗਠਜੋੜ ਰਾਹੀਂ ਲੋਕਾਂ ਨੂੰ ਵੱਖਰਾ ਬਦਲ ਦੇਣ ਦੀਆਂ ਗੱਲਾਂ ਕਰ ਰਹੇ ਨੇ। ਨਜ਼ਰ ਪਾਉਂਦੇ ਪੰਜਾਬ ਦੇ ਸਿਆਸੀ ਸਮੀਕਰਨ ਤੇ। ਪੰਜਾਬ 'ਚ ਕੁੱਲ 13 ਲੋਕ ਸਭਾ ਸੀਟਾਂ ਨੇ, ਅਕਾਲੀ ਦਲ 10 ਅਤੇ ਭਾਜਪਾ 3 ਸੀਟਾਂ ਤੇ ਚੋਣ ਲੜੇਗੀ। ਕਾਂਗਰਸ ਦਾ ਕਿਸੇ ਦੇ ਨਾਲ ਵੀ ਸਮਝੌਤਾ ਨਹੀਂ ਹੋਇਆ। ਲੋਕ ਇਨਸਾਫ਼ ਪਾਰਟੀ, ਪੰਜਾਬ ਏਕਤਾ ਪਾਰਟੀ ਅਤੇ ਡਾਕਟਰ ਧਰਮਵੀਰ ਗਾਂਧੀ ਨੇ ਆਪਣਾ ਪੰਜਾਬ ਡੈਮੋਕਰੈਟਿਕ ਅਲਾਇੰਸ ਬਣਾਇਆ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਟਕਸਾਲੀ ਦਾ ਸੰਭਾਵਿਤ ਗਠਜੋੜ ਹੋਣ ਦੇ ਆਸਾਰ ਨੇ। ਕੋਈ ਵੀ ਵਰਗ ਜਿਹੜਾ ਸਰਕਾਰ ਤੋਂ ਖੁਸ਼ ਨਹੀਂ ਹੈਗਾ। ਸਰਕਾਰ ਨੇ ਕੁਝ ਕੀਤਾ ਨਹੀਂ 2 ਸਾਲਾਂ 'ਚ, ਅਤੇ ਕਿਸਾਨ, ਨਰਸਾਂ, ਟੀਚਰ, ਟੈਟ ਪਾਸ, ETT ਵਾਲੇ, ਆਂਗਣਵਾੜੀ, ਮਿਡ ਡੇ ਮੀਲ, ਆਸ਼ਾ ਵਰਕਰ, ਰਮਸਾ ਵਾਲੇ, ਟਰੱਕ ਯੂਨੀਅਨ ਵਾਲੇ, ਹਰ ਬੰਦਾ ਸੜਕਾਂ 'ਤੇ ਆ ਕੇ ਧਰਨੇ ਦੇ ਰਿਹਾ। ਕੋਈ ਮਰਨ ਵਰਤੇ ਬੈਠੇ ਹੈ, ਕੋਈ ਆਪਣੇ ਆਪ ਨੂੰ ਅੱਗਾਂ ਲਾ ਰਹੇ ਨੇ। ਸਰਕਾਰ ਮਹਿਲਾਂ 'ਚ ਬੈਠੀ ਹੈ, ਕੋਈ ਸੁਣ ਹੀ ਨਹੀਂ ਰਿਹਾ। 2 ਸਾਲ ਹੋ ਗਏ, ਬੜੀਆਂ ਉਮੀਦਾਂ ਨਾਲ ਕਾਂਗਰਸ ਨੂੰ ਲਿਆਂਦਾ ਸੀ ਲੋਕਾਂ ਨੇ, ਪਰ ਉਹ ਕੰਧਾਂ 'ਤੇ ਲਿਖੇ ਹੋਏ ਨਾਰੇ ਬਣ ਕੇ ਰਹਿ ਗਏ। ਸਿਰਫ ਸ਼ਹਿਰ ਬਦਲਿਆ। ਪਹਿਲਾਂ ਲੋਕ ਮੁਰਦਾਬਾਦ ਦੇ ਨਾਰੇ ਲਾਉਣ ਬਠਿੰਡੇ ਜਾਂਦੇ ਸੀ, ਹੁਣ ਪਟਿਆਲੇ ਜਾ ਰਹੇ ਨੇ। ਸੋ ਦੁੱਖਦਾਇਕ ਗੱਲ ਹੈ। ਔਰ ਵੋਟਾਂ ਦੇ ਨੇੜੇ ਆ ਕੇ ਲੋਲੀਪੋਪ ਦਿੱਤੇ ਜਾ ਰਹੇ ਨੇ ਅਖਬਾਰਾਂ ਦੇ ਵਿੱਚ ਐਡਾਂ ਦੇ ਕੇ, ਪਰ ਲੋਕ ਸਭਾ ਚੋਣਾਂ 2019 ਦੇ ਵਿੱਚ ਪੰਜਾਬ ਦੇ ਲੋਕ ਇਹ ਦੱਸ ਦੇਣਗੇ ਕਿ ਕਾਂਗਰਸ ਦੀਆਂ ਵਾਅਦਾ ਖਿਲਾਫੀਆਂ ਤੋਂ ਉਹ ਕਿੰਨਾ ਦੁਖੀ ਨੇ। ਮੁਲਕ ਵਿੱਚ ਗਠਜੋੜ ਦੀ ਸਿਆਸਤ ਰਾਹੀਂ ਕੌਮੀ ਪਾਰਟੀਆਂ ਮੈਦਾਨ 'ਚ ਉਤਰ ਰਹੀਆਂ ਨੇ, ਅਤੇ ਇਹੀ ਕੌਮੀ ਪਾਰਟੀਆਂ ਸੂਬਿਆਂ 'ਚ ਵੀ ਜਿੱਥੇ ਆਪਣਾ ਪੂਰਾ ਆਧਾਰ ਨਹੀਂ ਰੱਖਦੀਆਂ, ਉੱਥੇ ਉਹਨਾਂ ਵੱਲੋਂ ਖੇਤਰੀ ਪਾਰਟੀਆਂ ਦੀ ਗਠਜੋੜ ਲਈ ਵੀ ਭਾਲ ਕੀਤੀ ਜਾ ਰਹੀ ਹੈ। ਉਂਝ ਤਾਂ ਮੁਲਕ ਲਈ ਕੌਮੀ ਗਠਜੋੜ ਤਕਰੀਬਨ ਹੋ ਚੁੱਕੇ ਨੇ, ਪਰ ਪੰਜਾਬ 'ਚ ਖੇਤਰੀ ਪਾਰਟੀਆਂ ਦੇ ਵੱਲੋਂ ਅਜੇ ਗਠਜੋੜ ਕਰਨ ਦੀਆਂ ਵਿਚਾਰਾਂ ਹੋ ਰਹੀਆਂ ਨੇ। ਇਸ ਵਿਚਾਲੇ ਸੂਬੇ ਦੀ ਸਿਆਸਤ ਵੀ ਹਰ ਦਿਨ ਭਖਦੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਇਸ ਵਾਰ ਛੋਟੀ ਅਤੇ ਨਵੀਂ ਖੇਤਰੀ ਪਾਰਟੀਆਂ ਦੇ ਸਿਆਸੀ ਗਠਜੋੜ ਕੀ ਕੋਈ ਵੱਖਰਾ ਬਦਲ ਪੇਸ਼ ਕਰ ਪਾਉਣਗੇ ਜਾਂ ਨਹੀਂ, ਇਹ ਵੇਖਣਾ ਦਿਲਚਸਪ ਰਹੇਗਾ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਮੁਲਕ 'ਚ ਲੋਕ ਸੋ ਗਠਜੋੜ 'ਚ ਗੱਠਾਂ ਇਹ ਕਿਹੜੀਆਂ ਗੱਠਾਂ ਨੇ ਅਤੇ ਕਿੰਨੀਆਂ ਗੱਠਾਂ ਨੇ ਇਹ ਜਾਣਨ ਦੀ ਲੋੜ ਹੈ। ਪੰਜਾਬ ਦੇ ਲੋਕ ਜਾਣਨਾ ਚਾਹਣਗੇ ਕਿ ਪੰਜਾਬ ਦੇ ਵਿੱਚ ਜਿਹੜੇ ਗਠਜੋੜ ਹੋ ਰਹੇ ਨੇ ਜਾਂ ਹੋਏ ਹੋਏ ਨੇ ਅਤੇ ਜਿਹੜੇ ਹੁਣ ਜਾ ਰਹੇ ਨੇ, ਇਹਨਾਂ 'ਚ ਗੱਠਾਂ ਜਿਹੜੀਆਂ ਪੈ ਰਹੀਆਂ ਨੇ ਜਾਂ ਪਈਆਂ ਹੋਈਆਂ ਨੇ, ਇਹ ਜਾਣਨ ਦਾ ਉਹਨਾਂ ਨੂੰ ਹੱਕ ਹੈ, ਕਿਉਂਕਿ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ। ਇਸ ਕਰਕੇ ਖਾਸ ਤੌਰ 'ਤੇ ਅੱਜ ਚਰਚਾ ਦੇ ਲਈ ਸਾਡੇ ਨਾਲ ਮਹਿਮਾਨ ਜੁੜ ਗਏ, ਇਹਨਾਂ ਨੂੰ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ ਹਾਂ। ਡਾਕਟਰ ਏ.ਪੀ. ਸਵਰੀਆ ਸਾਹਿਬ, ਭਾਰਤੀ ਜਨਤਾ ਪਾਰਟੀ ਤੋਂ, ਜੀ.ਐਸ. ਬਾਲੀ ਸਾਹਿਬ, ਕਾਂਗਰਸ ਪਾਰਟੀ ਤੋਂ, ਇਕਬਾਲ ਸਿੰਘ ਜੀ, ਆਮ ਆਦਮੀ ਪਾਰਟੀ ਤੋਂ, ਕਰਨੈਲ ਸਿੰਘ, ਪੀਰ ਮੁਹੰਮਦ ਜੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਗਠਜੋੜ 'ਚ ਗੱਠਾਂ ਕੀ ਲੋਕ ਸਭਾ ਚੋਣਾਂ 'ਚ ਗਠਜੋੜ ਦੇ ਆਸਰੇ ਹੀ ਪਾਰਟੀਆਂ ਚੱਲਣਗੀਆਂ? ਪੰਜਾਬ ਦੀ ਸਪੈਸੀਫਿਕ ਗੱਲ ਕਰੀਏ, ਕਿਉਂਕਿ ਅਸੀਂ ਪੰਜਾਬ ਦੀ ਗੱਲ ਕਰਦੇ, ਸਾਡਾ ਚੈਨਲ ਪੰਜਾਬ ਦਾ ਪੰਜਾਬ ਪੁਆਇੰਟਸ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਗਠਜੋੜ ਅਕਾਲੀ ਭਾਜਪਾ ਦਾ ਹੋਇਆ, 10-30 ਕਹਿੰਦੇ 9 ਮਾਸ ਦਾ ਸਾਡਾ ਰਿਸ਼ਤਾ, ਅਸੀਂ ਤਾਂ ਇਕੱਠੇ ਚੱਲਣਾ, ਹਾਲਾਂਕਿ ਗੱਠਾਂ ਇਹਨਾਂ ਦੀ ਪੈ ਗਈਆਂ ਸੀ, ਇਹਨਾਂ ਨੇ ਸੁਲਝਾ ਲਈਆਂ ਜਾਂ ਹਾਲੇ ਵੀ ਪਈਆਂ, ਇਹ ਨਹੀਂ ਪਤਾ, ਬਾਕੀ ਸਵਰੀਆ ਸਾਹਿਬ ਦੱਸ ਦੇਣਗੇ। ਅਤੇ ਦੂਜੇ ਪਾਸੇ ਜਿਹੜੇ ਬਾਕੀ ਗਠਜੋੜ ਨੇ, ਆਮ ਆਦਮੀ ਪਾਰਟੀ ਅਤੇ ਟਕਸਾਲੀ, ਇਹਨਾਂ ਦਾ ਗਠਜੋੜ ਜਿਹੜਾ ਹੋਣ ਵਾਲਾ ਜਾਂ ਗੱਠਾਂ ਪਹਿਲੇ ਹੀ ਪੈ ਗਈਆਂ? ਬ੍ਰਹਮਪੁਰਾ ਸਾਹਿਬ ਕਹਿੰਦੇ ਗਠਜੋੜ ਹੋਵੇ ਭਾਵੇਂ ਨਾ ਹੋਵੇ, ਅਨੰਦਪੁਰ ਸਾਹਿਬ ਤੋਂ ਵੀਰ ਦਵਿੰਦਰ ਸਿੰਘ ਹੀ ਚੋਣ ਲੜਨਗੇ। ਤਾਂ ਮਤਲਬ ਕਿ ਹਾਲੇ ਤਾਂ ਗਠਜੋੜ ਹੋਇਆ ਨਹੀਂ, ਗੱਠ ਪਹਿਲੇ ਹੀ ਪੈ ਗਈ।
ਸਮਰੀਆ ਸਾਹਿਬ, ਤੁਹਾਡਾ ਤਾਂ 9 ਮਾਸ ਦਾ ਰਿਸ਼ਤਾ ਹੈ ਅਕਾਲੀ ਦਲ ਦੇ ਨਾਲ, ਤੁਹਾਡਾ ਸਭ ਠੀਕ ਠਾਕ ਚੱਲ ਰਿਹਾ? ਬਿਲਕੁਲ ਗੌਰਵ ਜੀ, ਸਾਡਾ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ। ਔਰ ਜੇ ਤੁਸੀਂ ਕੁਐਸਚਨ ਪੁੱਛ ਰਹੇ ਸੀ ਕਿ ਹੁਣ ਇਹ ਜਿਹੜਾ ਸਿਸਟਮ ਇਲੈਕਟ੍ਰੋਨਿਕ ਦਾ ਹੈ, ਇਹ ਗਠਬੰਧਨਾਂ ਦਾ ਹੋ ਗਿਆ ਹੈ, ਔਰ ਤੁਸੀਂ ਬਿਲਕੁਲ ਸਹੀ ਦੱਸਿਆ ਕਿ ਹੁਣ ਜਿਉਂ ਜਿਉਂ ਡੈਮੋਕਰੇਸੀ ਜਿਹੜੀ ਪਰਿਪੱਕ ਹੁੰਦੀ ਜਾਂਦੀ ਹੈ, ਮੈਚੋਰ ਹੁੰਦੀ ਜਾਂਦੀ ਹੈ, ਖੇਤਰੀ ਪਾਰਟੀਆਂ ਦਾ ਵੀ ਉੱਥੇ ਅਸਰ ਆਉਂਦਾ ਹੈ। ਬਟ ਭਾਰਤ ਵਰਸ਼ ਦਾ ਵੋਟਰ ਜਿਹੜਾ ਹੈ ਉਹ ਬਹੁਤ ਸਮਝਦਾਰ ਹੋ ਗਿਆ। ਹੁਣ ਉਹ ਵੋਟਰ ਨਹੀਂ ਰਿਹਾ ਜੋ 1952 ਵਿੱਚ ਸੀ। ਉਹ ਦੇਖਦਾ ਹੈ ਕਿ ਇਹ ਜਿਹੜਾ ਗਠਬੰਧਨ ਹੈ, ਇਹ ਗੱਠਾਂ ਵਾਲਾ ਹੈ ਕਿ ਠੱਗਾਂ ਵਾਲਾ ਹੈ, ਇਹ ਕੋਈ ਆਈਡੀਓਲੋਜੀ ਹੈ। ਇੱਥੇ ਅੱਜ ਕੱਲ੍ਹ ਮੈਂ ਸੁਣ ਰਿਹਾ ਕਿਤੇ ਗਠਬੰਧਨ ਹੋ ਰਿਹਾ, ਕਿਤੇ ਮਹਾਂਗਠਬੰਧਨ ਹੋ ਰਿਹਾ, ਔਰ ਉੱਥੇ ਇੱਦਾਂ ਇੱਦਾਂ ਦੇ ਲੋਕ ਗਠਬੰਧਨ ਕਰ ਰਹੇ ਨੇ ਜੋ 2 ਮਹੀਨੇ ਪਹਿਲੇ ਉੱਥੇ ਇੱਕ ਦੂਸਰੇ ਤੇ FIR ਕਰਾ ਰਹੇ ਸੀ ਕਿ ਇਹ ਮੈਨੂੰ ਮੇਰੇ ਨਾਲ ਰੇਪ ਕਰ ਰਿਹਾ ਸੀ ਜਾਂ ਮਰਡਰ, ਮਤਲਬ ਕਹਿਣ ਦਾ ਕਿ ਉਹ ਲੋਕ ਜਿਹੜਾ ਹੁਣ ਹੁਣ ਜਨਤਾ ਸਮਝਦੀ ਹੈ ਕਿ ਉਹ ਆਪਣੇ ਸਰਵਾਈਵਲ ਵਾਸਤੇ ਗਠਬੰਧਨ ਕਰ ਰਹੇ ਨੇ। ਤੋ ਬਟ ਪਬਲਿਕ ਨੂੰ ਡੈਮੋਕਰੇਸੀ ਵਿੱਚ ਕੀ ਚਾਹੀਦਾ ਹੈ? ਦੇਖੀ ਇਹ ਇਲੈਕਸ਼ਨ ਲੋਕ ਸਭਾ ਦਾ ਹੈ, ਲੋਕ ਸਭਾ ਮੀਨਸ ਸੈਂਟਰ ਪਾਰਲੀਮੈਂਟ ਦਾ ਹੈ। ਜਨਤਾ ਚਾਹੁੰਦੀ ਹੈ, ਸਾਡੇ 131 ਕਰੋੜ ਲੋਕ ਚਾਹੁੰਦੇ ਨੇ, ਵੋਟਰ 90 ਕਰੋੜ, ਇੱਕ ਕੰਟਰੀ, ਇੱਕ ਸਟੇਬਲ ਗੌਰਮੈਂਟ ਮਿਲੂ, ਇੱਕ ਐਸੀ ਗੌਰਮੈਂਟ ਮਿਲੇ ਜੋ ਰਾਸ਼ਟਰ ਦੀ ਗੱਲ ਕਰੇ, ਭਾਰਤ ਵਰਸ਼ ਦੀ ਸੁਰੱਖਿਆ ਦੀ ਗੱਲ ਕਰੇ, ਉਹਨਾਂ ਦੇ ਉਤਥਾਨ, ਉਹਨਾਂ ਦੇ ਡਿਵੈਲਪਮੈਂਟ ਦੀ ਗੱਲ ਕਰੇ, ਔਰ ਉਹ ਸੁਰੱਖਿਆ ਉਹਨਾਂ ਨੇ ਭਾਰਤੀ ਜਨਤਾ ਤੇ ਲੀਡਰਸ਼ਿਪ ਵਿੱਚ ਜਿਹੜਾ ਸਾਡਾ NDA ਦਾ ਗਠਬੰਧਨ ਹੈ ਜੋ 9 ਸਾਲਾਂ ਤੋਂ ਚੱਲ ਰਿਹਾ ਹੈ, ਉਹ ਬਿਲਕੁਲ ਭਾਰਤੀ ਤੁਹਾਡਾ ਗਠਬੰਧਨ ਵਧੀਆ, ਤੁਹਾਡਾ ਗਠਬੰਧਨ ਵਧੀਆ, ਬਾਕੀਆਂ ਦੇ ਠੱਗਬੰਧਨ ਕਹਿ ਸਕਦੇ ਹੈ, ਤੁਹਾਡਾ ਵਾਲਾ ਤਾਂ ਗਠਬੰਧਨ ਹੈ, ਗਠਬੰਧਨ ਉਸਮੇ ਕੋਈ ਦੋ ਰਾਏ ਨਹੀਂ। ਪਰ ਤੁਹਾਨੂੰ ਤਾਂ ਅਕਾਲੀ ਦਲ ਨੇ ਤੁਹਾਨੂੰ ਵੀ ਅੱਖਾਂ ਦਿਖਾਤੀਆਂ ਸੀ ਕਿ ਤੁਸੀਂ ਕਿ ਉਹਨਾਂ ਦੇ ਮਾਮਲੇ ਚ ਇੰਟਰਫੇਅਰ ਕਰ ਰਹੇ ਹੋ। ਨਾ ਗੌਰਵ ਜੀ, ਇਹ ਅਸੀਂ ਇਹਦੇ ਦੇਖੀਏ, ਆਪੀ ਇੱਕ ਪਾਰਟੀ ਨਹੀਂ, ਦੇ ਆਰ 2 ਪੋਲੀਟੀਕਲ ਪਾਰਟੀ, ਆਈਡੀਓਲੋਜੀ ਡਿਫਰੈਂਟ ਹੁੰਦੀ ਨੇ, ਮਿਨੀਮਮ ਪ੍ਰੋਗਰਾਮ ਹੁੰਦਾ ਨੇ, ਤੋ ਘਰ ਵਿੱਚ 2 ਬਰਤਨ ਹੋਊਗੇ, ਖਟਕੂਗੇ, ਬਟ ਜਦੋਂ ਹੈਡ ਆਫ ਦਾ ਫੈਮਿਲੀ ਬੈਠ ਕੇ ਗੱਲ ਕਰਦਾ ਹੈ ਤੋ ਉਹ ਬਾਤ ਮੰਨ ਜਾਂਦੀ, ਤੋ ਉੱਥੇ ਉਹਦਾ ਕੋਈ ਵੀ ਅੱਖਾਂ ਨਹੀਂ ਦਿਖਾਉਣ ਦੀ ਗੱਲ ਸੀ। ਅਕਾਲੀ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਭਰਾ ਨੇ, ਔਰ ਅਸੀਂ ਦੋਨੋਂ ਮਿਲ ਕੇ, ਬਾਕੀ ਨੇ ਭਰਾ ਨਹੀਂ ਹੈਗੇ ਮੋਦੀ, ਜਿਹੜੇ ਬਾਕੀ ਨੇ ਦੁਸ਼ਮਣ ਨੇ ਸਾਰੇ। ਮੈਂ ਪੋਲੀਟੀਕਲ ਭਰਾ ਦੀ, ਪੋਲੀਟੀਕਲ ਭਰਾ ਨੇ, ਠੀਕ ਹੈ, ਸਾਰੇ ਸਾਡੇ ਪੋਲੀਟੀਕਲ ਭਰਾ ਦੇ, ਔਰ ਹੁਣ ਮੋਦੀ ਜੀ ਨੇਤਰਤਵ ਤੇ ਜਿਹੜਾ ਨੈਕਸਟ ਗਵਰਨਮੈਂਟ ਬਣਨ ਵਾਲੀ ਹੈ, ਅਸੀਂ 13 ਕੇ 13 ਸੀਟ ਇੱਥੇ ਜਿੱਤ ਕੇ ਜਾਵਾਂਗੇ। ਵੈਰੀ ਗੁੱਡ। ਕਾਂਗਰਸ ਤੋਂ ਬਾਲੀ ਸਾਹਿਬ ਆਏ ਨੇ, ਬਾਲੀ ਸਾਹਿਬ ਬਾਕੀਆਂ ਦੇ ਤਾਂ ਜਿਹੜੇ ਆ ਠੱਗਬੰਧਨ ਜਾਂ ਮਹਾਂਗਠਬੰਧਨ, ਵਟ ਐਵਰ ਯੂ ਕਾਲ ਇਟ, ਅਤੇ ਜਿਹੜਾ ਭਾਜਪਾ ਦਾ ਅਤੇ ਅਕਾਲੀ ਦਲ ਦਾ ਉਹ ਅਸਲੀ ਜਿਹੜਾ ਗਠਬੰਧਨ ਹੈ ਅਕੋਰਡਿੰਗ ਟੂ ਸੰਵਰੀਆ ਸਾਹਿਬ, ਤੁਹਾਡਾ ਵਾਲਾ ਕਿਹੜਾ ਗਠਬੰਧਨ ਕਿੱਥੇ ਅਗਰ ਹੋਇਆ ਹੋਵੇ ਤਾਂ ਦੱਸੋ। ਵੈਸੇ ਕਿ ਕਹਿੰਦੇ ਆ UP 'ਚ ਤੁਹਾਨੂੰ ਕੋਈ ਅਲਾਈ ਨਹੀਂ ਮਿਲ ਰਿਹਾ, ਤੁਹਾਨੂੰ ਕੋਈ ਮਿਲ ਨਹੀਂ ਪਾ ਰਿਹਾ, ਪੰਜਾਬ ਤੁਸੀਂ ਕਿਹਾ ਸੀ ਪਹਿਲੇ ਆਮ ਆਦਮੀ ਪਾਰਟੀ ਨਾਲ ਸ਼ਾਇਦ ਹੋਵੇ, ਪਰ ਇੱਥੇ ਕਿ ਤੁਸੀਂ ਇਕੱਲੇ ਜਾਓਗੇ? ਮੈਨੂੰ ਇਹ ਲੱਗਦਾ ਹੈਗਾ ਕਿ ਅਸੀਂ ਤਾਂ ਪੰਜਾਬ 'ਚ ਇਕੱਲੇ ਲੜਾਂਗੇ। ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਇਹ ਗੱਲ ਪਹਿਲੇ ਕਲੀਅਰ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਜੀ ਨੇ ਜੀ, ਕਿ ਅਸੀਂ ਇਕੱਲੇ ਲੜਾਂਗੇ, ਅਸੀਂ ਸਕਸ਼ਮ ਹੈਗੇ ਹਾਂ। ਹੁਣ ਗੱਲ ਆ ਗਈ ਇਹਨਾਂ ਦੀ ਕਿ ਸਵਰੀਆ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਕਿ ਗਠਬੰਧਨ ਦੀ, ਮਹਾਂਗਠਬੰਧਨ ਦੀ, ਇੱਥੇ ਦੇਖੋ ਤੁਸੀਂ ਸਟੇਟਮੈਂਟ ਜਿਹੜੀ ਹੈ BJP ਦੀ ਉਹ ਅਲੱਗ ਹੈਗੀ। ਇਹਨਾਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ, ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਕੀ ਕਹਿੰਦੇ ਨੇ, ਜਾਂ ਬਾਕੀ ਵੱਡੇ ਲੀਡਰ ਹਿੰਦੁਸਤਾਨ ਦੇ ਗਿਆ ਮਾਨਯੋਗ ਅਮਿਤ ਸ਼ਾਹ ਜੀ ਕੀ ਕਹਿੰਦੇ ਨੇ, ਉਹਨਾਂ ਦੀ ਗੱਲ ਜਿਹੜੀ ਹੈਗੀ ਹੈ ਉਹ ਅਲੱਗ ਹੈ ਕਿ ਮੁਝੇ ਹਰਾਨੇ ਕੇ ਲੀਏ, ਮਾਨਯੋਗ ਮੋਦੀ ਜੀ ਇਹ ਕਹਿੰਦੇ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ, ਮੁਝੇ ਹਰਾਨੇ ਕੇ ਲੀਏ ਹਿੰਦੁਸਤਾਨ ਕੇ ਜੋ ਰਾਜਨੀਤਿਕ ਪਾਰਟੀਆਂ ਹੈ ਵੋ ਏਕ ਹੋ ਗਈ ਹੈ।
ਇੱਥੇ ਇਹ ਕਹਿੰਦੇ ਨੇ ਕਿ ਗੱਠਬੰਧਨ ਜਿਹੜਾ ਹੈਗਾ ਵੇ ਉਹ ਜਿਹੜਾ ਉਹ ਹੋਣਾ ਚਾਹੀਦਾ ਹੈਗਾ, ਲੋਕ ਜਿਹੜੇ ਨੇ ਅੱਜ ਅਸੀਂ ਇਕੱਠੇ ਹੋ ਗਏ ਹਾਂ, ਮਤਲਬ ਇਹ ਕਹਿੰਦਾ ਹੈਗਾ। ਦੋਨੋਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਅਲੱਗ ਅਲੱਗ ਨੇ। ਮੈਂ ਮਾਨਯੋਗ ਜਿਹੜੇ ਸਾਡੇ ਸਵਰੀਆ ਸਾਹਿਬ ਨੇ, ਸਾਡੇ ਤੋਂ ਵੱਡੇ ਨੇ, ਅਸੀਂ ਬਹੁਤ ਇਹਨਾਂ ਦਾ ਮਾਨ ਸਨਮਾਨ ਕਰਦੇ ਹਾਂ, ਮਗਰ ਜਿਹੜੀ ਇਹਨਾਂ ਦੀ ਗੱਲ ਹੈ, ਕੰਟਰਾਡਿਕਸ਼ਨ ਜਿਹੜੀ ਇਹਨਾਂ ਦੀ ਗੱਲਬਾਤ ਹੈਗੀ ਆ, ਉਹ ਦੋਨੋਂ ਗੱਲਾਂ ਅਲੱਗ ਨੇ। ਹੁਣ ਜੇ ਤੁਸੀਂ ਪੰਜਾਬ ਦੀ ਗੱਲ ਕਰੋ, ਇਹਦੇ ਵਿੱਚ ਇਹਨਾਂ ਕੋਲ 3 ਸੀਟਾਂ ਤੇ ਉਹਨਾਂ ਕੋਲ 14 ਸੀਟਾਂ, ਇਹ ਇਹਨਾਂ ਦਾ ਗੱਠਬੰਧਨ ਪੰਜਾਬ ਦੇ ਵਿੱਚ, ਹਿੰਦੁਸਤਾਨ ਦਾ ਇਹਨਾਂ ਦਾ ਅਸਰ ਹੋਇਆ ਤੇ ਸਾਡੇ ਤੇ ਇਹਨਾਂ ਦਾ ਕੀ ਅਸਰ ਹੋਇਆ ਪੰਜਾਬ ਤੇ, ਉਹ ਤੁਹਾਡੇ ਸਾਹਮਣੇ ਹੈਗਾ। ਇਹਨਾਂ ਦਾ ਕਿੰਨੀਆਂ ਕੁ ਖਟਾਸ ਪੈਦਾ ਹੋਈਆਂ ਪੰਜਾਬ ਦੇ ਅੰਦਰ ਅਕਾਲੀ ਦਲ ਦੀਆਂ ਔਰ ਬੀਜੇਪੀ ਦੀਆਂ, ਉਹ ਤੁਹਾਡੇ ਸਾਹਮਣੇ ਹੈਗੀਆਂ ਨੇ। ਇਹ ਤਾਂ ਬਾਦਲ ਸਾਹਿਬ ਜਿਹੜੇ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਜੀ ਔਰ ਅਮਿਤ ਸ਼ਾਹ ਜੀ ਨੇ ਆਪਸ 'ਚ ਗੱਲ ਪੈ ਗਈ, ਇਹਨਾਂ ਨੂੰ ਵਿਚਾਰਿਆਂ ਨੂੰ ਮਜਬੂਰੀ ਹੋ ਗਈ ਥੱਲੇ ਜਿਹੜੇ ਕੰਮ ਕਰਨ ਵਾਲੇ ਨੇ, ਕਿ ਇਹਨਾਂ ਨੂੰ ਆਪਾਂ ਕਹਿ ਦਈਏ ਨਹੀਂ ਜੀ ਆਪਾਂ ਤਾਂ ਸਾਡਾ ਤਾਂ ਗੱਠਬੰਧਨ ਹੈਗਾ ਪੰਜਾਬ 'ਚ ਜਿਹੜਾ ਹੈਗਾ ਉਹ ਰਹੇਗਾ। ਗੱਠਬੰਧਨ ਅਗਰ ਇਹ ਕਹਿੰਦੇ ਨੇ ਹਿੰਦੁਸਤਾਨ ਦੇ ਅੰਦਰ, ਤੇ ਉਹਦਾ ਮਿਸ਼ਨ ਵੀ ਇੱਕੋ ਹੀ ਕਿ ਜੋ ਇਹ ਰਾਸ਼ਟਰ ਵਿਰੋਧੀ ਗੱਲਾਂ ਕਰਦੇ ਨੇ, ਜੋ ਰਾਸ਼ਟਰ ਦੇ ਖਿਲਾਫ ਇਹ ਗੱਲਾਂ ਕਰ ਰਹੇ ਨੇ, ਜੋ ਫਿਰਕਾ ਪ੍ਰਸਤੀ ਹਿੰਦੁਸਤਾਨ 'ਚ ਕਰ ਰਹੇ ਨੇ, ਇਹਨਾਂ ਨੂੰ ਤੋੜਦੇ ਕਰਨਾ ਹੈਗਾ ਸਭ ਤੋਂ ਵੱਡੀ ਗੱਲ ਹੈ। ਔਰ ਪੰਜਾਬ ਨਾਲ ਤਾਂ ਬਹੁਤ ਵੱਡਾ ਵਿਤਕਰਾ ਕਰ ਰਹੇ ਨੇ ਇਹ ਜਿਹੜੇ ਹਿੰਦੁਸਤਾਨ ਦੀ ਸਰਕਾਰ ਹੈ, ਸਾਡੇ ਪੰਜਾਬ ਨਾਲ ਤਾਂ ਬਹੁਤ ਵਿਤਕਰਾ ਹੋ ਰਿਹਾ ਹੈਗਾ, ਤੇ ਇਹੀ ਸਾਡਾ ਇੱਕ ਏਮ ਹੈਗਾ ਔਰ ਹਿੰਦੁਸਤਾਨ ਦੀਆਂ ਸਾਰੀਆਂ ਪਾਰਟੀਆਂ ਦਾ ਇਹੀ ਇੱਕ ਏਮ ਹੈਗਾ ਕਿ ਭਗਤ ਸਿਰਫ ਇਹ ਹੈਗੇ ਨੇ, ਅਸੀਂ ਤਾਂ ਭਗਤ ਹੀ ਨਹੀਂ ਹੈਗੇ, ਅਸੀਂ ਤਾਂ ਰਾਸ਼ਟਰ ਭਗਤ ਹੀ ਨਹੀਂ ਹੈਗੇ, ਅਸੀਂ ਤਾਂ ਹਿੰਦੁਸਤਾਨ ਦੇ ਪ੍ਰਤੀ ਭਗਤ ਹੀ ਨਹੀਂ ਹੈਗੇ, ਸਿਰਫ ਬੀਜੇਪੀ ਜਿੱਦਣ ਦੀ ਆਈਏ ਇਹ ਰਾਸ਼ਟਰ ਭਗਤ ਹੈਗੇ ਨੇ, ਹੋਰ ਹਿੰਦੁਸਤਾਨ ਦੇ ਵਿੱਚ ਕੋਈ ਪਾਰਟੀ ਜਿਹੜੀ ਹੈਗੀ ਉਹ ਰਾਸ਼ਟਰ ਭਗਤ ਨਹੀਂ ਹੈਗੀ। ਓਕੇ, ਮਤਲਬ ਕਿ ਇਹ ਮਤਲਬ ਕਿ ਦੇਸ਼ ਵਿਰੋਧੀ ਨੇ ਤੇ ਤੁਸੀਂ ਦੇਸ਼ ਭਗਤ ਹੋ, ਇਹ ਉਹਨਾਂ ਦਾ ਕਹਿਣਾ। ਅੱਛਾ, ਉਹਨਾਂ ਦਾ ਕਹਿਣਾ ਇਹ, ਉਹਨਾਂ ਦਾ ਕਹਿਣਾ ਕਿ ਅਸੀਂ ਅਸੀਂ ਦੇਸ਼ ਭਗਤ ਆ, ਬਾਕੀ ਜਿਹੜੇ ਨੇ ਮਹਾਗਠਬੰਧਨ ਵਾਲੇ ਇਹ ਜਿਹੜੇ ਨੇ ਵਿਰੋਧੀ ਨੇ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੈਗਾ ਹਿੰਦੁਸਤਾਨ ਦੇ ਬਾਰੇ, ਤੇ 4.5 ਸਾਲ ਪਹਿਲੇ ਸਿਰਫ ਇਹ ਆਏ ਨੇ, 4.5 ਸਾਲ ਪਹਿਲੇ ਤੇ 2 ਮਹੀਨੇ ਇਹਨਾਂ ਦੇ ਰਹਿ ਗਏ ਨੇ, ਬਸ ਇਹ ਦੇਸ਼ ਭਗਤ ਹੋ ਗਏ। ਤੇ ਜਿਹੜੇ ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਉਹ ਦੇਸ਼ ਭਗਤ ਹੀ ਨਹੀਂ ਹੈਗੇ, ਜਿਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹਿੰਦੁਸਤਾਨ 'ਚ, ਜਿਹੜੇ ਹਿੰਦੁਸਤਾਨ ਦੇ ਲੋਕ ਇੰਨੇ ਸ਼ਹੀਦ ਹੋ ਗਏ, ਖਾਸ ਕਰਕੇ ਸਾਡੇ ਪੰਜਾਬ ਦੇ ਲੋਕ ਇੰਨੇ ਸ਼ਹੀਦ ਹੋ ਗਏ, ਭਗਤ ਸਿੰਘ ਵਰਗੇ, ਮੈਂ ਕਿਹਨਾਂ ਕਿਹਨਾਂ ਦਾ ਨਾਂ ਲਵਾਂਗਾ ਜੀ, ਮਤਲਬ ਕਹਿੰਦਾ ਉਹ ਸ਼ਹੀਦ, ਉਹ ਦੇਸ਼ ਭਗਤ ਨਹੀਂ ਹੈਗੇ, ਸਿਰਫ ਬੀਜੇਪੀ ਦੇਸ਼ ਭਗਤ ਹੈ, ਇਹਨਾਂ ਕੋਲ ਸਰਟੀਫਿਕੇਟ ਚਾਹੀਦਾ, ਹੋਰ ਕਿਸੇ ਕੋਲੋਂ ਸਾਨੂੰ ਕੋਈ ਸਰਟੀਫਿਕੇਟ ਨਹੀਂ ਚਾਹੀਦਾ, ਇਹ ਸਰਟੀਫਿਕੇਟ ਦਿੰਦੇ ਨੇ ਕਿ ਅਸੀਂ ਦੇਸ਼ ਭਗਤ ਹਾਂ ਤੇ ਸਾਨੂੰ ਤੁਹਾਡੇ ਸਰਟੀਫਿਕੇਟ ਦੀ ਬਿਲਕੁਲ ਵੀ ਲੋੜ ਨਹੀਂ ਹੈ, ਸਰਟੀਫਿਕੇਟ ਦੀ ਲੋੜ ਨਹੀਂ ਹੈ। ਰਾਈਟ, ਆਲਰਾਈਟ, ਸਵਰੀ ਸਾਹਿਬ ਤੁਸੀਂ ਸੁਣੀ ਲਿਆ, ਠੀਕ ਹੈ। ਇਕਬਾਲ ਸਿੰਘ ਜੀ, ਮੈਂ ਸੁਣ ਲਿਆ, ਹਾਂ ਕੋਈ ਨਹੀਂ, ਮੈਂ ਜਵਾਬ ਲੈਣਾ ਇੱਕ ਮਿੰਟ, ਕਿਉਂਕਿ ਅਕਾਲੀ ਦਲ ਤੋਂ ਵੀ ਆ ਗਏ ਨੇ ਗਿੱਲ ਸਾਹਿਬ ਤੇ ਇਕਬਾਲ ਜੀ। ਇਕਬਾਲ ਜੀ, ਗੱਠਬੰਧਨ ਬਾਕੀਆਂ ਦੀ ਤਾਂ ਠੱਗ ਬੰਧਨ ਨੇ, ਸਿਰਫ ਭਾਜਪਾ ਦਾ ਜਿਹੜਾ ਅਕਾਲੀ ਦਲ ਦਾ ਗੱਠਬੰਧਨ ਹੈ ਉਹੀ ਓਰਿਜਿਨਲ ਗੱਠਬੰਧਨ ਹੈ, ਤੇ ਕਿਸ ਤਰੀਕੇ ਨਾਲ ਸਮਝਿਆ ਜਾਵੇ ਕਿਹੜਾ ਗੱਠਬੰਧਨ ਜਿਹੜਾ ਸਹੀ ਹੈਗਾ, ਜਿਹੜਾ ਭਾਜਪਾ ਨੇ ਮਹਿਬੂਬਾ ਮੁਫਤੀ ਨਾਲ ਕੀਤਾ ਸੀਗਾ ਉਹ ਕੀ ਠੀਕ ਸੀਗਾ, ਮੈਰਿਜ ਆਫ ਕਨਵੀਨੀਅੰਸ ਸੀਗਾ ਜਾਂ ਠੀਕ ਸੀਗਾ, ਉਹ ਵੀ ਅਸਲੀ ਗੱਠਬੰਧਨ ਸੀਗਾ ਜੋ ਤੋੜਤਾ ਤੇ ਕਹਿਤਾ ਉਹ ਬੀਬੀ ਮਾੜੀ ਹੈਗੀ ਹੈ, ਮਤਲਬ ਪੈਮਾਨਾ ਕੀ ਹੈ ਗੱਠਬੰਧਨ ਦਾ? ਬੀਜੇਪੀ ਹੋਈ ਚਾਹੇ ਅਕਾਲੀ ਦਲ, ਇਹ ਅਖੌਤੀ ਧਰਮ ਦਾ ਮਖੌਟਾ ਪਾਇਆ ਹੋਇਆ ਇਹਨਾਂ ਨੇ, ਧਰਮ ਨੂੰ ਦੋਨਾਂ ਨੇ ਧੋਖਾ ਦਿੱਤਾ, ਉਹਨਾਂ ਨੇ ਰਾਮ ਮੰਦਿਰ ਨੀ ਬਣਾਇਆ, ਅਕਾਲੀ ਦਲ ਨੇ ਧਰਮ ਦੀ ਗੱਲ ਨੀ ਕਦੇ ਕਰੀ, ਮਤਲਬ ਬਣਦੇ ਦੋਨੋਂ ਅਖੌਤੀ ਧਰਮ ਦੇ ਠੇਕੇਦਾਰ ਹੈ, ਇਹਨਾਂ ਦਾ ਧਾਰਮਿਕ ਗੱਠਬੰਧਨ ਬਣਾਇਆ ਹੋਇਆ, ਨਾ ਕਿ ਲੋਕਾਂ ਦੇ ਮਸਲਿਆਂ ਦਾ, ਨਾ ਕੋਈ ਜ਼ਿਮੀਂਦਾਰ ਦਾ ਕੋਈ ਇਹਨਾਂ ਨੂੰ ਕੋਈ ਚਿੰਤਾ, ਨਾ ਇਹਨਾਂ ਨੂੰ ਗਰੀਬ ਦੀ ਚਿੰਤਾ,
ਬਿਜਲੀ ਦੇ ਬਿੱਲ ਕਿਵੇਂ ਵਧਣੇ, ਮਤਲਬ ਅਸਲੀ ਜਿਹੜੇ ਮੁੱਦੇ ਹੈਗੇ ਐਜੂਕੇਸ਼ਨ ਹੈਲਥ, ਉਹ ਤਾਂ ਇਹਨਾਂ ਦੇ ਇੱਕ ਦੇ ਪਾਸੇ ਹੀ ਆ, ਇਹਨਾਂ ਨੇ ਧਰਮ ਦੀ ਰਾਜਨੀਤੀ ਕਰਨੀ। ਹੁਣ ਦੇਖ ਲਓ ਮੋਦੀ ਸਾਹਿਬ ਨੇ ਪਾਕਿਸਤਾਨ ਤੇ ਕਰਤਿਆ ਵੀ ਸਾਰੇ ਮੁੱਦੇ ਭੁੱਲ ਜਾਣ, GST ਭੁੱਲ ਜਾਣ, ਨੋਟਬੰਦੀ ਭੁੱਲ ਜਾਣ, ਬਾਕੀ ਨੀਰਵ ਮੋਦੀ ਜਿੰਨੇ ਭੱਜੇ ਆ ਭਗੌੜੇ ਉਰੇ ਦੇ, ਕਹਿੰਦੇ ਅਸੀਂ 15-15 ਲੱਖ ਲਿਆਉਂਗੇ ਸਵਿਸ ਬੈਂਕਾਂ 'ਚੋਂ, ਉਲਟਾ ਸਾਡਾ ਸਵਿਸ ਬੈਂਕਾਂ 'ਚ ਪੈਸਾ ਵੱਧ ਗਿਆ ਜਦੋਂ ਮੋਦੀ ਸਾਹਿਬ ਆਏ, ਕਿਉਂਕਿ ਸਭ ਲੋਕ ਲੈ ਲੈ ਕੇ ਪੈਸਾ ਭੱਜ ਰਹੇ, ਕੋਈ ਰੋਕ ਟੋਕ ਨਹੀਂ ਇਸ ਦੇਸ਼ 'ਚ। ਇਸ ਕਰਕੇ ਇਹ ਹੁਣ ਪਾਕਿਸਤਾਨ ਤੇ ਗੇਰ ਕੇ ਉੱਥੇ ਜੰਗਲਾਂ 'ਚ ਬੰਬ, ਬਸ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ। ਇਸ ਕਰਕੇ ਇਹ ਲੋਕ ਹੁਣ ਲੋਕ ਸਮਝਣ ਲੱਗ ਗਏ ਇਹਨਾਂ ਗੱਲਾਂ, ਲੋਕਾਂ ਨੂੰ ਹੁਣ ਧਰਮ ਨਾਲੋਂ ਉੱਚੇ ਉੱਠ ਕੇ ਹੁਣ ਲੋਕ ਸੋਚਣ ਲੱਗ ਗਏ ਵੀ ਸਾਨੂੰ ਧਰਮ ਨੇ ਕੱਖ ਨਹੀਂ ਦਿੱਤਾ ਸਾਲੇ ਦਾ, ਲੋਕ ਜੇ ਢਿੱਡ 'ਚ ਰੋਟੀ ਨਾ ਹੋਵੇ ਲੋਕ ਧਰਮ ਬਦਲ ਲੈਂਦੇ ਆ। ਤੁਸੀਂ ਦੇਖ ਲਓ ਕਿੱਡਾ ਹੀ ਧਰਮਿਕ ਬੰਦਾ ਹੋਵੇ, ਉਹਨੂੰ 4 ਡੰਗ ਰੋਟੀ ਨਾ ਦਿਓ, ਰੋਟੀ ਨੂੰ ਇਸ ਕੰਡੀਸ਼ਨ ਤੇ ਦਿਓ ਵੀ ਤੂੰ, ਤੈਨੂੰ ਧਰਮ ਬਦਲਣਾ ਪਊਗਾ। ਅਗਲਾ ਕਹਿੰਦਾ ਮੈਨੂੰ ਰੋਟੀ ਦੇ, ਮੈਂ ਧਰਮ ਬਦਲਦਾ। ਹੁਣ ਤਾਂ ਰੋਟੀ ਦਾ ਸਵਾਲ ਆ ਗਿਆ ਲੋਕਾਂ ਦੇ ਚੁੱਲ੍ਹਿਆਂ 'ਚ, ਅੱਗ ਬੁੱਝ ਗਈ, ਗਰੀਬਾਂ ਦੇ ਅੱਡ ਅੱਡੇ ਬਿੱਲ ਆਏ ਹੋਏ ਆ, ਭਰ ਨਹੀਂ ਹੋ ਰਹੇ, ਬੁਰਾ ਹਾਲ ਹੈ ਲੋਕਾਂ ਦਾ। ਹੁਣ ਇਸ ਟਾਈਮ ਤੰਗ ਹੋਏ ਪਏ ਆ, ਕਾਂਗਰਸ ਤੋਂ ਵੀ ਤੰਗ ਹੈ, ਅਕਾਲੀ ਦਲ ਤੋਂ ਵੀ ਤੰਗ ਹੈ, ਬੀਜੇਪੀ ਤੋਂ ਵੀ ਤੰਗ ਹੈ, ਲੋਕ ਬਦਲ ਚਾਹੁੰਦੇ ਆ। ਹੁਣ ਆ ਜਾਓ ਇੱਥੇ ਬਦਲ, ਫਿਰ ਕੌਣ ਦਊਗਾ? ਆਮ ਆਦਮੀ ਪਾਰਟੀ ਦਊਗੀ, ਤੁਹਾਡੇ ਤੋਂ ਖੁਸ਼ ਨੇ ਬਦਲ, ਫਿਰ ਆਮ ਆਦਮੀ ਪਾਰਟੀ ਦਊਗੀ? ਬਿਲਕੁਲ ਜੀ, ਬਿਲਕੁਲ ਆਮ ਆਦਮੀ ਪਾਰਟੀ ਬਦਲ ਦਊਗੀ, ਕਿਉਂਕਿ ਅਸੀਂ ਕੰਮ ਕਰਕੇ ਦਿੱਲੀ 'ਚ ਦਿਖਾ ਦਿੱਤਾ, ਪੰਜਾਬ 'ਚ ਅਸੀਂ ਦਿਖਾਵਾਂਗੇ। ਇਹ ਜਿਹੜਾ ਗਠਬੰਧਨ ਕਰ ਰਹੇ ਅਸੀਂ, ਉਹ ਵੀ ਲੋਕਾਂ ਤੋਂ ਅਸੀਂ ਅੜੰਬਾ ਨਹੀਂ ਖੱਟਣਾ ਚਾਹੁੰਦੇ। ਲੋਕ ਕਈ ਕਹਿੰਦੇ ਆਮ ਆਦਮੀ ਪਾਰਟੀ 'ਚ ਹੰਕਾਰ ਹੋ ਗਿਆ, ਕਿਸੇ ਨਾਲ ਗੱਲ ਨਹੀਂ ਕਰਦੇ। ਇਸ ਕਰਕੇ ਅਸੀਂ ਆਖਰੀ ਸਾਹ ਤੱਕ ਇਹ ਕੋਸ਼ਿਸ਼ ਕਰਾਂਗੇ ਵੀ ਚਲੋ ਜੇ ਗਠਬੰਧਨ ਸਿਰੇ ਚੜ੍ਹਦਾ ਤਾਂ ਚੰਗੀ ਗੱਲ ਹੈ, ਤਾਂ ਕਿ ਲੋਕਾਂ ਨੂੰ ਕੱਲ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਵੀ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਨਹੀਂ ਕੀਤੀ। ਅਸੀਂ BJP ਨਾਲ ਵੀ ਕੋਸ਼ਿਸ਼ ਕਰ ਰਹੇ, ਅਸੀਂ ਟਕਸਾਲੀਆਂ ਨਾਲ ਵੀ ਕੋਸ਼ਿਸ਼ ਕਰ ਰਹੇ। ਜੇ ਨਾ ਹੋਇਆ ਤਾਂ ਅਸੀਂ ਤਾਂ ਕੱਲੇ ਲੜਾਂਗੇ, ਅਸੀਂ ਤਾਂ ਕਦੇ ਡਰਦੇ ਹੀ ਨਹੀਂ ਹੈਗੇ। ਇਸ ਕਰਕੇ ਅਸੀਂ ਇੱਕ ਲੋਕਾਂ ਬਾਕੀ ਡਰਦੇ ਨੇ, ਸਾਡੇ ਉੱਪਰ ਉਂਗਲੀ ਬਾਕੀ ਡਰਦੇ ਨੇ ਕਰ ਹੀ ਹੈ ਇਕਬਾਲ ਜੀ, ਬਾਕੀ ਡਰਦੇ ਨੇ, ਇਹ ਘਬਰਾਏ ਹੋਏ ਨੇ ਤੁਹਾਡੇ ਤੋਂ? ਡਰ ਨੂੰ ਨਾ ਡਰ, ਬਿਲਕੁਲ ਡਰੇ ਹੋਏ ਨੇ। ਮਤਲਬ ਗੱਲ ਕੀ ਹੈਗੀ ਵੀ ਅਸੀਂ ਤਾਂ ਮੁੱਦਿਆਂ ਦੀ ਲੜਾਈ ਲੜਨੀ ਹੈਗੀ, ਡਰ ਕਿਸੇ ਦਾ ਹੈ ਹੀ ਨਹੀਂ। ਠੀਕ ਹੈ, ਪਾਰਟੀ ਹੈ ਕਿਹੜੀ ਹੈ? ਕਾਂਗਰਸ ਤੋਂ ਲੋਕ ਦੁਖੀ ਹੈ, ਲੋਕਾਂ ਨੇ ਵੋਟ ਤਾਂ ਕਿਸੇ ਨੂੰ ਪਾਉਣੀ ਹੈ ਨਾ। ਮਗਰ ਤੁਹਾਡੇ ਪ੍ਰਤੀ ਜਿਹੜੇ ਸਾਰੇ ਉਮੀਦਾਂ ਭਰੀ ਨਜ਼ਰਾਂ ਨਾਲ ਦੇਖ ਰਹੇ, ਆਮ ਆਦਮੀ ਪਾਰਟੀ ਕਿੱਦਾਂ ਦਾ ਬਦਲ ਲਿਆਵੇਗੀ, ਵਧੀਆ ਕੈਂਡੀਡੇਟ ਲਿਆਏਗੀ? ਪੀਰ ਮੁਹੰਮਦ ਸਾਹਿਬ, ਕਿਉਂਕਿ ਕਾਂਗਰਸ ਤੋਂ ਜਿਹੜੀ ਨਾਰਾਜ਼ ਵੋਟ ਹੈ ਉਹ ਕਿੱਥੇ ਜਾਣੀ ਹੈ? ਆਮ ਆਦਮੀ ਪਾਰਟੀ ਨੂੰ ਕਿੱਥੇ ਜਾਣੀ ਹੈ? ਆਮ ਆਦਮੀ ਪਾਰਟੀ ਨੂੰ ਜਾਣੀ ਹੈ। ਠੀਕ ਹੈ, ਰਾਈਟ। ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਪਹਿਲੇ ਤੁਹਾਡੇ ਵੱਲ ਜਾਣੀ ਸੀ, ਉੱਧਰ ਗਈ ਨਹੀਂ, ਕਾਂਗਰਸ ਕੋਲ ਆ ਗਈ, ਹੁਣ ਕਾਂਗਰਸ ਤੋਂ ਨਾਰਾਜ਼ ਹੋ ਕੇ ਉਹ ਵੀ ਤੁਹਾਡੇ ਵੱਲ ਜਾਣੀ ਸੀ, ਕਿੱਧਰ ਜਾਂਦੀ ਹੈ ਨਹੀਂ ਪਤਾ। ਅਤੇ ਪੀਰ ਮੁਹੰਮਦ ਸਾਹਿਬ, ਇਕਬਾਲ ਜੀ ਕਹਿ ਰਹੇ ਆ ਮਤਲਬ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ, ਲਾਸਟ ਅਟੈਂਪਟ ਤੱਕ ਕਰਦੇ ਰਹਿਣਗੇ ਕਿ ਤੁਹਾਡਾ ਜਿਹੜਾ ਗੱਠਜੋੜ ਹੋ ਜਾਵੇ। ਗੱਠਜੋੜ ਹੋਏਗਾ ਕਿ ਨਹੀਂ ਹੋਏਗਾ, ਜਾਂ ਪਹਿਲੇ ਹੀ ਇੱਥੇ ਗੱਠਾਂ ਆ ਗਈਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗੱਠਜੋੜ ਏ, ਜਿਸ ਦੇ ਬਾਰੇ ਸਾਵਰੀਆ ਸਾਹਿਬ ਨੇ ਬੜਾ, ਮੈਂ ਕਹਿੰਦਾ ਕਿ ਭਾਸ਼ਣ ਸ਼ੈਲੀ ਜਿਹੜੀ ਹੈ ਸਾਡੀ, ਭਾਸ਼ਾ ਸ਼ੈਲੀ ਉਹ ਇੰਨੀ ਵਿਗੜ ਚੁੱਕੀ ਹੈ ਕਿ ਅਸੀਂ ਜੋ ਵੀ ਮੂੰਹ 'ਚ ਆਉਂਦਾ ਬੋਲ ਦਿੰਦੇ ਹਾਂ। ਇਹ ਦੇਖੋ, ਫਿਰਕਾ ਪ੍ਰਸਤ ਸੋਚ ਅਤੇ ਝੂਠ ਫਰੇਬ ਦੀ ਰਾਜਨੀਤੀ ਨੇ ਇਸ ਕਦਰ ਤੱਕ ਸਾਨੂੰ ਲਿਆ ਦਿੱਤਾ ਕਿ ਅਸੀਂ ਦੂਸਰੇ ਨੂੰ, ਬੈਠਿਆਂ ਨੂੰ ਕੁਝ ਵੀ ਬੋਲ ਸਕਦੇ ਹਾਂ। ਪਰ ਮੈਂ ਨਹੀਂ ਇਸ ਤਰ੍ਹਾਂ ਬੋਲਾਂਗਾ, ਮੈਂ ਇੰਨੀ ਗੱਲ ਕਹਾਂਗਾ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ, ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਿਹਾ, ਬਿਲਕੁਲ, ਕਿ ਇੱਥੇ ਲੋਕ ਤੀਜਾ ਬਦਲ ਚਾਹ ਰਹੇ ਨੇ, ਔਰ ਤੀਜੇ ਬਦਲ ਵਾਸਤੇ ਹੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਸਪੋਰਟ ਕੀਤੀ ਸੀ 2017 ਦੇ ਵਿੱਚ। ਉਸ ਤੋਂ ਪਹਿਲਾਂ 2014 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਸਪੋਰਟ ਦਿੱਤੀ ਸੀ, ਕਿ ਉਹ ਕੋਈ ਪੋਲੀਟੀਕਲ ਬੰਦੇ ਨਹੀਂ ਸਨ ਜਿਹੜੇ MP ਬਣਾ ਦਿੱਤੇ ਗਏ ਅਤੇ ਬਾਅਦ ਦੇ ਵਿੱਚ ਜਿਹੜੇ MLA ਬਣਾ ਦਿੱਤੇ ਗਏ। ਲੇਕਿਨ ਹੁਣ ਜਿਵੇਂ ਜਿਵੇਂ ਤਜਰਬਾ ਆਮ ਆਦਮੀ ਪਾਰਟੀ ਦਾ ਵੀ ਵਧਿਆ,
ਤੇ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਗੱਠਬੰਧਨ ਦੀ ਵੀ ਲੋੜ ਹੈਗੀ ਹੈ। ਸੋ ਸਾਡੇ ਤੱਕ ਆਮ ਆਦਮੀ ਪਾਰਟੀ ਨੇ ਵੀ, ਲੋਕ ਇਨਸਾਫ ਪਾਰਟੀ ਨੇ ਵੀ, ਪੰਜਾਬੀ ਏਕਤਾ ਪਾਰਟੀ ਨੇ ਵੀ, ਔਰ ਗਾਂਧੀ ਸਾਹਿਬ ਦੀ ਪਾਰਟੀ ਨੇ ਵੀ, ਬਸਪਾ ਨੇ ਵੀ, ਸਾਡੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਆਪ ਜਾ ਕੇ ਗੱਲਬਾਤ ਕੀਤੀ ਕਿ ਅਸੀਂ ਤੁਹਾਡੇ ਨਾਲ ਗੱਠਜੋੜ ਕਰਨਾ ਚਾਹੁੰਦੇ ਹਾਂ। ਸੋ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੀ ਸੋਚ ਤੋਂ, ਆਪਣੇ ਅਕੀਦੇ ਤੋਂ ਪਾਸੇ ਹਟ ਗਿਆ ਸੀ, ਔਰ ਜਿਸ ਨੂੰ ਦੁਬਾਰਾ ਸਰਵਾਈਵ ਕਰਨ ਵਾਸਤੇ ਅਸੀਂ ਲੱਗੇ ਹੋਏ ਹਾਂ, ਆਪਣੇ ਵੱਲੋਂ ਯਤਨ ਕਰ ਰਹੇ ਹਾਂ, ਉਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗਾ ਮਾਹੌਲ ਬਣ ਸਕੇ। ਆਪਣੀ ਪਾਰਟੀ ਲਈ ਲੱਗੇ ਹੋ ਕਿ ਇਹਨਾਂ ਲਈ ਲੱਗੇ ਹੋ ਵਾਸਤੇ? ਤੁਸੀਂ ਕਿਹਾ ਲੱਗੇ ਹੋਏ ਹੋ ਸਾਰਿਆਂ ਵਾਸਤੇ, ਆਪਣੀ ਪਾਰਟੀ ਦੇ ਸੁਧਾਰਨ ਲਈ, ਮਤਲਬ ਕਿ ਦੇਖੋ ਕੋਸ਼ਿਸ਼ ਕਿੱਧਰ ਹੋ ਰਹੀ ਹੈ, ਇਹਨਾਂ ਨੂੰ ਠੀਕ ਠਾਕ ਮਜ਼ਬੂਤ ਕਰਨ ਲਈ ਕੋਸ਼ਿਸ਼ ਕਰ ਰਹੇ ਹੋ? ਗੌਰਵ ਜੀ, ਪਾਰਟੀ ਦਾ ਅਕਸ ਤਾਂ ਹੀ ਠੀਕ ਹੁੰਦਾ ਹੈ ਜੇਕਰ ਉਹ ਵੋਟਰਾਂ ਦੀ ਨਬਜ਼ ਨੂੰ ਪਹਿਚਾਨੇ। ਓਕੇ, ਵੋਟਰਾਂ ਦੀ ਨਬਜ਼ ਇਹ ਆ ਕਿ ਤੁਸੀਂ ਅੱਜ ਸਰਵੇਖਣ ਇਸ ਤੋਂ ਬਾਅਦ ਲਗਾ ਦਿਓ ਜੀ, ਤੇ ਤੁਸੀਂ ਪੁੱਛ ਲਓ ਕਾਂਗਰਸ ਨੂੰ ਚਾਹੁੰਦੇ ਨੇ ਲੋਕ, ਬੀਜੇਪੀ ਅਕਾਲੀ ਦਲ ਬਾਦਲ ਨੂੰ ਚਾਹੁੰਦੇ ਨੇ, ਜਾਂ ਤੀਜੇ ਗਠਬੰਧਨ ਨੂੰ ਚਾਹੁੰਦੇ ਨੇ? ਪਹਿਲੀ ਗੱਲ ਤਾਂ ਇਹ ਕਿ ਗਠਬੰਧਨ ਹੈ ਕਿਹੜਾ? ਸਾਰੇ ਆਪਣੇ ਆਪਣੇ ਛੋਟੇ ਛੋਟੇ ਗਠਬੰਧਨ ਬਣਾਏ ਜਾ ਰਹੇ ਆ, ਦਿੱਕਤ ਇਹੀ ਹੈ ਨਾ। ਦੇਖੋ, ਇਹ ਸਮੇਂ ਤੋਂ ਪਹਿਲਾਂ ਤੁਹਾਡੀ ਚਿੰਤਾ ਬਿਲਕੁਲ ਠੀਕ ਹੈ, ਤੁਹਾਨੂੰ ਗੱਲ ਕਹਿਣ ਦਾ ਹੱਕ ਹੈ, ਤੁਸੀਂ ਸਵਾਲ ਕਰਨ ਦਾ ਹੱਕ ਹੈ, ਪਰ ਮੈਂ ਗੱਲ ਕਹਿ ਰਹੀ ਚਾਹੁੰਦਾ ਕਿ ਅਸੀਂ ਆਖਰੀ ਟਾਈਮ ਤੱਕ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਬਦਲ ਤਾਂ ਦੱਸਿਆ ਜਾਵੇ ਕਿ ਆਹ ਸਾਡੇ ਕੋਲ ਬਦਲ ਹੈਗਾ, ਔਰ ਉਸ ਦੇ ਲਈ ਜਿਹੜਾ ਵੀ ਜ਼ਿੰਮੇਵਾਰ ਹੋਵੇਗਾ, ਜੇ ਅਸੀਂ ਜ਼ਿੰਮੇਵਾਰ ਬਣਾਂਗੇ ਤੇ ਅਸੀਂ ਗੁਨਾਹਗਾਰ ਹੋਵਾਂਗੇ। ਜੇਕਰ ਆਮ ਆਦਮੀ ਪਾਰਟੀ ਜਾਂ ਖਹਿਰਾ ਸਾਹਿਬ ਦੀ ਪਾਰਟੀ ਜਾਂ ਦੂਸਰੇ ਭਾਈ ਨੇ, ਜੇ ਉਹ ਇਸ ਗੱਲ ਦਾ, ਕਿਉਂਕਿ ਪੰਜਾਬ ਦੇ ਲੋਕ ਨਕਾਰਨਾ ਚਾਹੁੰਦੇ ਨੇ ਔਰ ਨਕਾਰ ਚੁੱਕੇ ਨੇ ਉਸ ਸਥਾਪਿਤ ਪਾਰਟੀਆਂ ਨੂੰ, ਰਵਾਇਤੀ ਪਾਰਟੀਆਂ ਨੂੰ, ਠੀਕ ਹੈ, ਚਾਹੇ ਕਾਂਗਰਸ ਹੋਵੇ ਤੇ ਚਾਹੇ ਬੀਜੇਪੀ ਹੋਵੇ, ਚਾਹੇ ਠੀਕ ਹੈ। ਸਤਿੰਦਰ ਸਿੰਘ ਗਿੱਲ ਸਾਹਿਬ, ਸਤਿੰਦਰ ਜੀ, ਤੀਜੇ ਬਦਲ ਦੀ ਗੱਲ ਹੋ ਰਹੀ ਹੈ, ਕਰਨੈਲ ਜੀ ਕਹਿ ਰਹੇ ਕਿ ਤੀਜਾ ਬਦਲ ਯਾਨੀ ਗਠਬੰਧਨ ਗੱਠਜੋੜ ਜਿਹੜਾ ਹੈ ਤੁਹਾਡੇ ਗੱਠਜੋੜ ਤੋਂ ਵੱਖਰਾ ਅੱਜ ਪੰਜਾਬ ਦੇ ਲੋਕ ਚਾਹ ਰਹੇ ਨੇ, ਤੁਹਾਡੇ ਤੋਂ ਵੀ ਭਰੋਸਾ ਉੱਠ ਗਿਆ ਪੰਜਾਬ ਦੇ ਲੋਕਾਂ ਦਾ, ਸੰਵਰੀਆ ਸਾਹਿਬ ਤੋਂ ਵੀ ਉੱਠ ਗਿਆ, ਬਾਲੀ ਜੀ ਤੋਂ ਵੀ ਉੱਠ ਗਿਆ, ਹੁਣ ਜਿਹੜਾ ਭਰੋਸਾ ਉਹ ਹੈ, ਉਹ ਗਠਬੰਧਨ ਜਿਹੜਾ ਹਲੇ ਬਣਿਆ ਨਹੀਂ ਹੈ, ਜਿਹੜਾ ਆਉਣ ਜਾ ਰਿਹਾ ਉਹਦੇ ਉੱਪਰ ਹੋਏਗਾ? ਦੇਖੋ ਵਾਲੀਆ ਸਾਹਿਬ, ਪੀਰ ਮੁਹੰਮਦ ਸਾਹਿਬ ਹੋਣਾ ਦਾ ਇੰਨਾ ਸ਼ਿਓਰਲੀ ਇਹ ਆਖ ਦੇਣਾ ਵੀ ਲੋਕਾਂ ਨੇ ਇਹ ਮਨ ਬਣਾ ਲਿਆ, ਲੋਕਾਂ ਨੇ ਇਹ ਕਰ ਲਿਆ, ਤੇ ਫਿਰ ਤੇ ਇਲੈਕਸ਼ਨ ਦੀ ਲੋੜ ਹੀ ਨਹੀਂ। ਹਾਂ, ਜੇ ਇਹਨਾਂ ਨੇ ਸਾਰੀ ਕੈਲਕੂਲੇਸ਼ਨ ਰਿਜ਼ਲਟ ਕੱਢ ਕੇ ਰੱਖੇ ਨੇ ਆਪਣੇ ਕੋਲ, ਫਿਰ ਤੇ ਮੈਂ ਤੇ ਇਹ ਕਹੂੰਗਾ ਵੀ ਤੁਸੀਂ ਅਕਾਲੀ ਦਲ ਚ ਆ ਜਾਓ, ਇਹੋ ਜਿਹੇ ਸੂਝਵਾਨ ਲੀਡਰਾਂ ਦੀ ਜਿਨ੍ਹਾਂ ਦੀ ਫੋਰਸਾਈਟਨੈਸ ਇੰਨੀ ਜ਼ਿਆਦਾ ਵੀ ਉਹ ਲੋਕਾਂ ਦੀ ਨਬਜ਼ ਨੂੰ ਜਾਣਦੇ। ਮੈਂ ਤੇ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਦਾ ਵੀ ਸਾਨੂੰ ਲੋੜ ਹੈ, ਤੁਸੀਂ ਸਾਡੇ ਵੱਲ ਆ ਜਾਓ। ਤੁਹਾਡੇ 'ਚ ਤਾਂ ਗਏ ਹੈ, ਫਿਰ ਤੁਸੀਂ ਬੁਲਾਉਣ ਲੱਗ ਗਏ, ਤੁਹਾਡੇ 'ਚ ਤਾਂ ਗਏ ਹੈ ਨਹੀਂ ਤੇ ਫਿਰ ਕਹਿੰਦੇ ਜੀ। ਦੇਖੋ ਇਹੋ ਜਿਹੇ ਸੂਝਵਾਨ ਲੀਡਰਾਂ ਦੀ ਜਿੰਨੇ ਦੀ ਫਾਰਸਾਈਟਨੈਸ ਹੋਏ ਉਹਨਾਂ ਦੀ ਹਰ ਇੱਕ ਪਾਰਟੀ ਨੂੰ ਲੋੜ ਹੁੰਦੀ ਆ। ਇਹ ਤਾਂ ਕੰਪਲੀਮੈਂਟ ਦੇਤਾ ਤੁਸੀਂ, ਇਹ ਕੰਪਲੀਮੈਂਟ ਦੇਤਾ ਇਹਨਾਂ ਨੂੰ। ਕੰਪਲੀਮੈਂਟ ਦੀ ਗੱਲ ਕਰ ਰਿਹਾ, ਆਈ ਐਮ ਸੇਇੰਗ ਅਬਾਊਟ ਕੰਪਲੀਮੈਂਟ, ਤੁਸੀਂ ਤਾਂ ਉਹਨਾਂ ਦੀ ਤਾਰੀਫ ਕੀਤੀ ਹੈ। ਇਟ ਇਜ਼ ਨਾਟ ਟੌਂਟ, ਇਟ ਇਜ਼ ਕੰਪਲੀਮੈਂਟ। ਲੱਗਦਾ ਤਕਨੀਕੀ ਦਿੱਕਤ ਹੈ। ਸੋ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ, ਗੱਠਜੋੜ ਦੀ ਸਿਆਸਤ ਹੁਣ ਜਾਰੀ ਹੈ, ਉਸਦੇ ਉੱਪਰ ਅਸੀਂ ਅੱਜ ਚਰਚਾ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ 'ਚ ਗੱਠਜੋੜ ਆਸਰੇ ਹੀ ਚੋਣਾਂ ਹੋਣਗੀਆਂ।
ਗਿੱਲ ਸਾਹਿਬ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਹਾਂਜੀ ਗਿੱਲ ਸਾਹਿਬ ਆਵਾਜ਼ ਆ ਰਹੀ ਹੈ? ਮੋਦੀ ਸਾਹਿਬ ਦੀ ਹੈ ਜਿਨ੍ਹਾਂ ਨੇ 2014 ਦੇ ਵਿਚ ਵੀ ਪੂਰਨ ਬਹੁਮਤ ਲੈਣ ਤੋਂ ਬਾਅਦ ਵੀ ਜਿਹੜੀਆਂ ਅਲਾਈਡ ਪਾਰਟੀਆਂ ਸੀ ਉਹਨਾਂ ਨੂੰ ਕੈਬਿਨੇਟ ਵਿਚ ਜਗ੍ਹਾ ਦਿੱਤੀ। ਧਰਮ ਲਗਾਉਣਾ ਇਹ ਹੁੰਦਾ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਧਰਮ ਪੰਜਾਬ ਦੇ ਵਿਚ ਕੋਲੀਸ਼ਨ ਦਾ ਨਿਭਾਇਆ ਹਮੇਸ਼ਾ। ਹਾਂ ਥੋੜੇ ਬਹੁਤੇ ਕਿਸੇ ਨਾ ਕਿਸੇ ਇਸ਼ੂ ਦੇ ਮਤਭੇਦ ਹੋਣੇ ਠੀਕ ਹੁੰਦੇ ਨੇ, ਹੋਣੇ ਵੀ ਚਾਹੀਦੇ ਆ, ਬੈਠ ਕੇ ਹੱਲ ਹੋ ਜਾਂਦਾ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪ ਵਾਲਿਆਂ ਨੂੰ ਅੱਜ ਕੋਲੀਸ਼ਨ ਦਾ ਮਤਲਬ ਸਮਝਾਉਣ ਦੀ ਸਾਨੂੰ ਕੀ ਲੋੜ ਪੈ ਗਈ, ਇਹ ਸਾਨੂੰ ਕਿਉਂ ਸਮਝਾ ਰਹੇ ਆ? ਤੁਸੀਂ ਇਹਨਾਂ ਨੂੰ ਮੈਂ ਪੁੱਛਣਾ ਵੀ ਤੁਸੀਂ ਅੱਜ ਕਹਿੰਦੇ ਹੋ ਕਿ ਲੋਕਾਂ ਦੇ ਹਿੱਤਾਂ ਨੂੰ ਅਸੀਂ ਜਾਣਦੇ ਹਾਂ, ਲੋਕਾਂ ਦੀ ਅਸੀਂ ਆਵਾਜ਼ ਬਣ ਗਏ ਹਾਂ, ਲੋਕਾਂ ਦੇ ਅਸੀਂ ਇਸ਼ੂ ਜਾਣਦੇ ਹਾਂ। ਤੁਸੀਂ ਮੈਨੂੰ ਦੱਸ ਦਿਓ ਇਕਬਾਲ ਜੀ, ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ ਲੋਕਾਂ ਦੇ ਹਿੱਤਾਂ ਲਈ ਕਿੱਥੇ ਆਵਾਜ਼ ਚੁੱਕੀ? ਵਾਈਸ ਇਲੈਕਸ਼ਨ ਹੈ ਤੁਸੀਂ ਪਾਰਟੀਸਪੇਟ ਨਹੀਂ ਕੀਤਾ, ਐਮਸੀਪੀ ਇਲੈਕਸ਼ਨ ਤੁਸੀਂ ਪਾਰਟੀਸਪੇਟ ਨਹੀਂ ਕੀਤਾ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਤੁਸੀਂ ਪਾਰਟੀਸਪੇਟ ਨਹੀਂ ਕੀਤਾ, ਵਿਧਾਨ ਸਭਾ ਦੇ ਵਿੱਚ ਬਿਲਾਂ ਦੀ ਤੁਸੀਂ ਗੱਲ ਕੀਤੀ, ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਵਿਕਰਮ ਸਿੰਘ ਮਜੀਠੀਆ ਦੇ ਅਧੀਨ ਬਿੱਲ ਲਾ ਕੇ ਉਹਦਾ ਰੋਸ ਪ੍ਰਗਟ ਕੀਤਾ, ਤੁਸੀਂ ਉਹ ਤੱਕ ਨਹੀਂ ਕੀਤੇ। ਤੁਸੀਂ ਵਿਧਾਨ ਸਭਾ ਦੇ ਵਿੱਚ ਲੋਨ ਮਾਫ਼ੀ ਦੀ ਗੱਲ ਨਹੀਂ ਕੀਤੀ, ਬਾਹਰ ਲੋਕਾਂ ਜਾ ਕੇ ਜਵਾਬ ਰੈਲੀ ਤੱਕ ਨਹੀਂ ਕੀਤੀ। ਰੈਲੀ ਕਰਨੀ ਬਹੁਤ ਜੁੱਟ ਵਾਲੀ ਗੱਲ ਹੁੰਦੀ ਹੈ ਕਿਉਂਕਿ ਰੈਲੀ ਕਾਮਯਾਬ ਬਣਾਉਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਓਕੇ, ਇਹਨਾਂ ਨੂੰ ਇਹ ਪਤਾ ਵੀ ਜੇ ਅਸੀਂ ਰੈਲੀ ਰੱਖਦੇ ਹਾਂ ਤੇ ਬੰਦੇ ਕਿੱਥੋਂ ਆਉਣੇ ਆ, ਰੈਲੀ ਚ ਬੰਦੇ ਕਿੱਥੋਂ ਆਉਣੇ ਆ? ਆਲ ਰਾਈਟ, ਅੱਜ ਯੂਥ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਰੋਜ਼ ਰੈਲੀਆਂ ਕਰਦੇ ਨੇ, ਰੋਜ਼ ਰੈਲੀਆਂ ਕਰ ਰਹੇ ਆ ਤੇ ਮੀਡੀਆ ਵਿੱਚ ਵੀ ਤੁਹਾਡੇ ਸਾਹਮਣੇ ਆ ਵੀ ਕਿੰਨਾ ਲਾ ਮਿਸਾਲ ਇਕੱਠ ਹੋ ਰਹੇ ਆ। ਇਹ ਇਕੱਠ ਏਦਾਂ ਨਹੀਂ ਹੋ ਜਾਂਦੇ, ਇਹ ਇਕੱਠ ਉਦੋਂ ਹੁੰਦੇ ਆ ਜਦੋਂ ਲੋਕ ਸਮਝਣ ਵੀ ਸਾਡੇ ਇਸ਼ੂ ਕਿਹੜੀ ਪਾਰਟੀ ਚੁੱਕ ਰਹੀ ਹੈ, ਸਾਡੇ ਵਾਸਤੇ ਲੜ ਕਿਹੜੀ ਪਾਰਟੀ ਉਹਦੇ ਤਾਂ ਲੋਕ ਹੁੰਦੇ ਨੇ। ਸੋ ਬੜੇ ਆਰਾਮ ਨਾਲ ਇਹ ਗੱਲ ਅੜਦੇ ਨੇ ਕਿ ਇਹਨਾਂ ਨੂੰ ਕੁਛ ਨੀ ਪਤਾ, ਇਹਨਾਂ ਨੂੰ ਲੋਕੀ ਇਹਨਾਂ ਨੂੰ ਜਾਣ ਚੁੱਕੇ, ਲੋਕੀ ਪਹਿਚਾਣ ਚੁੱਕੇ, ਲੋਕੀ ਤੇ ਤੁਹਾਨੂੰ ਵੀ ਜਾਣ ਚੁੱਕੇ, ਲੋਕੀ ਤੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੂੰ ਵੀ ਜਾਣ ਚੁੱਕੇ, ਤੁਹਾਡੀਆਂ ਪਾਰਟੀਆਂ ਦੇ ਲੋਕ ਜਾਣ ਚੁੱਕੇ ਜਿਨ੍ਹਾਂ ਨੂੰ ਟਿਕਟਾਂ ਲੈਣ ਵਾਸਤੇ ਪੈਸੇ ਲਏ ਗਏ। ਗਿੱਲ ਸਾਹਿਬ ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ ਮੇਰੀ? ਮੈਨੂੰ ਆ ਰਹੀ ਸੀ ਬਾਤ। ਹਾਂ ਗਿੱਲ ਸਾਹਿਬ, ਮਤਲਬ ਕਿ ਹੁਣ ਜਿਹੜਾ ਇਹਨਾਂ ਨੇ ਆਪਣੇ ਵੱਲੋਂ ਇੱਕ ਅੰਦੋਲਨ ਸ਼ੁਰੂ ਕੀਤਾ ਸੀ, ਜਿਹੜਾ ਮੁੱਦਾ ਚੁੱਕਿਆ ਸੀ ਆਮ ਆਦਮੀ ਪਾਰਟੀ ਨੇ ਬਿੱਲਾਂ ਵਾਲਾ, ਬਿਜਲੀ ਦੇ ਬਿੱਲਾਂ ਵਾਲਾ ਮੁੱਦਾ, ਇਹ ਬਾਹਰ ਚੁੱਕਦੇ ਰਹੇ, ਜਿਹੜੇ ਮੀਟਰਾਂ ਦੇ ਜਿਹੜੇ ਬਿੱਲ ਸੀਗੇ ਤੁਸੀਂ ਚਿਪਕਾ ਕੇ ਕਿ ਵਿਧਾਨ ਸਭਾ ਚੱਲ ਗਏ, ਇਹਦਾ ਮਤਲਬ ਇਹਨਾਂ ਨੇ ਮੁੱਦਾ ਨਹੀਂ ਚੁੱਕਿਆ ਕਿ ਤੁਸੀਂ ਚੁੱਕ ਲਿਆ? ਇਹਨਾਂ ਨੇ ਮੁੱਦਾ ਕਿਵੇਂ ਚੁੱਕਿਆ? ਬਿਲਕੁਲ ਦੇਖੋ, ਇਹ ਚੀਜ਼ਾਂ ਤੇ ਆਈ ਹੁੰਦੀਆਂ, ਆਪਣਾ ਰੋਜ਼ ਸਰਕਾਰ ਨੂੰ ਕਿਵੇਂ ਦਿਖਾਉਣਾ ਇਹ ਇਸ਼ੂ ਹੈ। ਅੱਜ ਇਹ ਕਰਦੇ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਬਿਜਲੀ ਦੇ ਬਿੱਲ ਨਾ ਦਿਓ। ਓਕੇ, ਇਹ ਤੇ ਕਾਂਗਰਸ ਸਰਕਾਰ ਵਾਲੀ ਗੱਲ ਹੋ ਗਈ ਜਿੱਥੇ ਲੋਕਾਂ ਦਾ ਕੇ ਬੇਵਕੂਫ ਬਣਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਲੋਨ ਨਾ ਦਿਓ, ਮੈਂ ਦਊਂਗਾ ਆ ਕੇ ਲੋਨ। ਉਹ 2 ਸਾਲਾਂ ਦੇ ਵਿੱਚ ਵਿਆਜ ਵੀ ਮਾਫ਼ ਨਹੀਂ ਹੋਇਆ, ਵਿਆਜ ਵੀ ਦੇਣਾ ਪੈ ਰਿਹਾ, ਡਿਫਾਲਟਰ ਵੀ ਹੋ ਰਿਹਾ, ਕੁੜਕੀ ਵੀ ਹੋ ਰਹੀ ਹੈ। ਕੋਈ ਕੰਮ ਇਹ ਲੋਕਾਂ ਨੂੰ ਉਸ ਪਾਸੇ ਲੈ ਕੇ ਜਾ ਰਿਹਾ ਵੀ ਤੁਸੀਂ ਬਿਜਲੀ ਦੇ ਬਿੱਲ ਨਾ ਦਿਓ, ਲੜੋ ਸਰਕਾਰ ਨਾਲ। ਪਰ ਇਹ ਕਿੱਥੋਂ ਦੀ ਗੱਲ ਹੋ ਗਈ ਵੀ ਬਿੱਲ ਨਾ ਦਿਓ? ਇਕਬਾਲ ਜੀ, ਇਕਬਾਲ ਜੀ, ਤੁਹਾਨੂੰ ਮਤਲਬ ਮੁੱਦੇ ਚੁੱਕਣੇ ਨਹੀਂ ਆ ਰਹੇ? ਜਿਵੇਂ ਰੈਲੀਆਂ ਕਰਕੇ ਅਕਾਲੀ ਦਲ ਕਰ ਰਿਹਾ, ਸਿਆਸਤ ਕਰ ਰਿਹਾ, ਤੁਹਾਨੂੰ ਸਿਆਸਤ ਕਰਨੀ ਨਹੀਂ ਆ ਰਹੀ?
ਤੁਸੀਂ ਗੱਠਜੋੜ ਕਿਵੇਂ ਕਰੋਗੇ? ਤੁਹਾਨੂੰ ਤਾਂ ਸਿਆਸਤ ਹੀ ਨਹੀਂ ਕਰਨੀ ਆ ਰਹੀ, ਅਕਾਲੀ ਦਲ ਕਹਿ ਰਿਹਾ ਤੁਸੀਂ ਇਹਨਾਂ ਨੂੰ ਸਿਖਾ ਰਹੇ ਹੋ। ਬਿਲਕੁਲ ਮੁੱਦੇ ਕਿਵੇਂ ਚੁੱਕੇ ਜਾਂਦੇ ਆ। ਰਾਈਟ ਰਾਈਟ ਰਾਈਟ, ਇਕਬਾਲ ਜੀ ਕੋ ਜਵਾਬ ਲੈ ਲਈਏ, ਇਕਬਾਲ ਜੀ ਕੋ ਜਵਾਬ ਲੈ ਲਈਏ। ਸਤਿੰਦਰ ਜੀ, ਗੌਰਵ ਜੀ ਸਿਆਸਤ ਕਿਵੇਂ ਸਿਖਾਈ ਦੀ ਹੈ ਉਹ ਅਸੀਂ ਸਿਖਾ ਰਹੇ ਇਹਨਾਂ ਨੂੰ। ਅਸੀਂ ਮੁੱਦੇ ਪਹਿਲਾਂ ਚੁੱਕੇ ਪਿੰਡਾਂ ਚ, ਅਸੀਂ ਬਿੱਲ ਮਾਫ ਕਰਵਾਏ ਆ ਗਰੀਬਾਂ ਦੇ, ਉਸ ਤੋਂ ਬਾਅਦ ਜਲ ਚ ਪਾ ਕੇ ਚਲੇ ਗਏ। ਇਹਨਾਂ ਨੂੰ ਸ਼ਰਮ ਤੱਕ ਨੀ ਆਉਂਦੀ ਵੀ ਅਸੀਂ ਥਰਮਲ ਪ੍ਰਾਈਵੇਟ ਲਾਏ ਹੈ। ਗੌਰਮੈਂਟ ਦੇ ਜਿਹੜੇ ਥਰਮਲ ਸੀਗੇ ਅਸੀਂ ਬੰਦ ਕਰਾਏ ਹੈਗੇ। ਤੁਸੀਂ 6-6 ਰੁਪਏ ਯੂਨਿਟ ਨੂੰ ਤੁਸੀਂ ਸਮਝੌਤੇ ਕਰੇ, ਇਹ ਬਿੱਲ ਤਾਂ ਆ ਰਹੇ ਹੈ, ਇਸ ਕਰਕੇ ਇਹਨਾਂ ਦਾ ਕੋਈ ਹੱਕ ਨੀ ਬਣਦਾ ਬਿਜਲੀ ਦੇ ਬਿੱਲਾਂ ਦਾ ਮੁੱਦਾ ਚੱਕਣਾ। ਬਾਕੀ ਇਹ ਸਾਰੀ ਰੀਸ ਕਰਦੇ ਆ, ਗਲਾਂ ਚ ਪਾ ਕੇ ਜਾਂਦੇ ਵੀ ਆਮ ਪਾਰਟੀ ਕਿਤੇ ਗਰੀਬਾਂ ਦੀ ਹਮਦਰਦ ਨਾ ਬਣ ਜਾਵੇ, ਇਸ ਕਰਕੇ ਇਹ ਰੀਸ ਤਾਂ ਸਾਡੀ ਕਰਦੇ ਆ। ਇਹਨਾਂ ਦਾ ਕਿਸੇ ਮੁੱਦਾ ਚੱਕ ਲਿਆ ਪਹਿਲਾਂ ਤੁਸੀਂ ਆਪ ਦੱਸ ਦੋ, ਪ੍ਰੈਸ ਨੂੰ ਕੰਮ ਦਾ ਪਹਿਲਾਂ ਪਤਾ ਹੁੰਦਾ ਵੀ ਪਹਿਲਾਂ ਮੁੱਦਾ ਕਿਹਨੇ ਚੱਕਿਆ ਸੀ, ਆਮ ਪਾਰਟੀ ਨੇ ਚੱਕਿਆ ਸੀ ਕਿਹਨਾਂ ਨੇ ਚੱਕਿਆ ਸੀ। ਤੁਹਾਡਾ ਮੁੱਦਾ ਚੁੱਕ ਕੇ ਲੈ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ, ਤੁਸੀਂ ਬਾਹਰ ਹੀ ਰੌਲਾ ਪਾਉਂਦੇ ਰਹੇ, ਇਹਨਾਂ ਨੇ ਉੱਥੇ ਪਾ ਕੇ ਕਲੇਮ ਲੈ ਲਿਆ, ਕ੍ਰੈਡਿਟ ਉਹਨਾਂ ਨੇ ਲੈ ਲਿਆ। ਸਮਰੀਆ ਸਾਹਿਬ, ਸਮਰੀਆ ਸਾਹਿਬ, ਹਾਂਜੀ ਹਾਂਜੀ ਹਾਂਜੀ, ਖੇਤਰੀ ਪਾਰਟੀਆਂ ਨੇ, ਛੋਟੀ ਪਾਰਟੀਆਂ ਨੇ, ਜਿਵੇਂ ਤੁਹਾਡੇ ਸਾਹਮਣੇ ਪੀਰ ਮੁਹੰਮਦ ਸਾਹਿਬ ਬੈਠੇ ਨੇ, ਆਮ ਆਦਮੀ ਪਾਰਟੀ ਬੈਠੀ ਹੈ, ਬਸਪਾ ਹੈ, ਲੋਕ ਇਨਸਾਫ ਪਾਰਟੀ ਹੈ, ਦੂਜੀ ਪਾਰਟੀਆਂ ਨੇ, ਇਹ ਭਾਰੀ ਪੈਣਗੀਆਂ ਜਾਂ ਪੈ ਸਕਦੀਆਂ? ਨਹੀਂ ਗੌਰਵ ਜੀ, ਇਸ ਤੋਂ ਪਹਿਲੇ ਕਿ ਮੈਂ ਆਪ ਜੀ ਦੇ ਸਵਾਲ ਤੇ ਆਉਂ, ਮੈਨੂੰ 10 ਸੈਕਿੰਡ ਦੇ ਦਿਓ, ਮੈਂ ਦੇਖੋ, ਔਰ ਇਹ ਰਿਕੁਐਸਟ ਕਰ ਰਿਹਾ ਕੋਈ ਪੈਨਲਿਸਟ ਮੇਰੇ ਵਿੱਚ ਬੋਲੇ ਨਾ, 10 ਸੈਕਿੰਡ ਲਓ, ਕਿਉਂਕਿ ਟਾਈਮ ਘੱਟ ਹੈ, ਲਓ ਤੁਸੀਂ, ਲਓ 10 ਸੈਕਿੰਡ ਲਓ, ਫਟਾਫਟ ਕਰੋ। ਮੈਂ ਬਾਲੀ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕਹਿੰਦੇ ਆ ਕਿ ਮੋਦੀ ਸਾਹਿਬ ਕਹਿੰਦੇ ਮੈਨੂੰ ਹਟਾਉਣ ਵਾਸਤੇ ਇਹ ਗਠਬੰਧਨ ਜਾਂ ਠੱਗਬੰਧਨ ਕਰ ਰਹੇ ਨੇ। ਮੈਂ ਕਹਿੰਦਾ ਹਾਂ ਕਿ ਇਹ ਠੱਗਬੰਧਨ ਦੀ ਜਿਹੜੀ ਪੋਲਿਟਿਕ ਅੱਜ ਹੋ ਰਹੀ ਹੈ ਇਹ ਹੋ ਰਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਜਿੱਦਾਂ ਤੁਹਾਡੇ ਜਿੱਦਾਂ ਦੇ ਆਦਮੀ ਜਿਹੜੇ ਜਿਹਦੇ ਨਾਲ ਕੋਈ ਹੱਥ ਮਿਲਾਉਣ ਨੂੰ ਤਿਆਰ ਨਹੀਂ, ਯੂਪੀ ਵਿੱਚ ਤੁਸੀਂ ਧੱਕੇ ਖਾਂਦੇ ਰਹੇ, ਦਿੱਲੀ ਵਿੱਚ ਵੇਟ ਕਰਦੇ ਰਹੇ, ਉਹਦਾ ਦੇ ਲੋਕ ਗਠਬੰਧਨ ਕਰਦੇ ਨੇ, ਤਾਂ ਉੱਥੇ ਸਾਨੂੰ ਸਵਾਲ ਉੱਠਣਾ ਪੜਦਾ। ਹੁਣ ਉੱਥੇ ਮੇਰੇ ਕੋਲ ਆਪਦੇ ਬੁਲਾਰੇ ਬੋਲ ਰਹੇ ਨੇ ਕੇ ਜੀ ਇੱਥੇ ਦੇਖੋ ਇਹਨਾਂ ਨੇ ਪਾਕਿਸਤਾਨ ਤੇ ਅਟੈਕ ਕਰਤਾ, ਉਹ ਦੇਖੇ ਰਾਸ਼ਟਰੀ ਸੁਰੱਖਿਆ ਨੂੰ ਕਿੱਥੇ ਲੈ ਕੇ ਜਾ ਰਹੇ ਨੇ। ਚਲੋ ਇਹਨਾਂ ਮੈਂ ਜਵਾਬ ਵੀ ਲੈ ਲੈਣਾ, ਬਾਲੀ ਸਾਹਿਬ, ਬਾਲੀ ਸਾਹਿਬ, ਚਲੋ ਹੁਣ ਬਾਲੀ ਸਾਹਿਬ ਕੋ ਜਵਾਬ ਲੈ ਲਈਏ, ਪਹਿਲੇ ਬਾਲੀ ਸਾਹਿਬ ਕੋ ਤੁਹਾਡੇ ਇਹਲੇ ਪੁਆਇੰਟ ਜਵਾਬ ਲੈ ਲਈ। ਬਾਲੀ ਸਾਹਿਬ ਦੇਖੋ, ਜਿਹੜੀ ਸਵਰੀਆ ਕਰ ਰਹੇ ਨੇ ਧੱਕੇ ਖਾਂਦੇ ਰਹੇ ਹਾਂ ਅਸੀਂ ਹਿੰਦੁਸਤਾਨ ਦੇ ਅੰਦਰ, ਤੁਹਾਨੂੰ ਪਤਾ ਤੁਸੀਂ ਇੰਨੀ ਗੱਲ ਕਹਿੰਦੇ ਹੋ ਕਿ 56 ਸਾਲ ਰਾਜ ਕੀਤਾ ਕਾਂਗਰਸ ਦੇ, ਧੱਕੇ ਤੇ ਤੁਸੀਂ ਖਾਂਦੇ ਰਹੇ ਹੋ, ਤੁਹਾਡੇ ਕੋਲ 2 ਬੰਦੇ ਸੀ ਤੇ ਅੱਜ ਤੁਸੀਂ ਇੱਥੇ ਆਏ ਤੇ ਅੱਜ ਵੀ ਤੁਸੀਂ ਗਠਬੰਧਨ ਨਾਲ ਆਏ ਹੋ, ਅੱਜ ਵੀ ਤੁਸੀਂ ਫੁਲਫਲਿਆ ਜਿਦੇ ਆਏ ਹੋ, ਠੀਕ ਹੈ, ਸਰ ਸਵਰੀਆ ਸਾਹਿਬ ਮੈਂ ਵਿੱਚ ਬੋਲਿਆ ਨੀ, ਮੈਨੂੰ ਗੱਲ ਕਰਨਾ ਦਿਓ, ਮਾਨਯੋਗ ਮੈਨੂੰ ਗੱਲ ਕਰਨਾ। ਦੇਖੋ ਅੱਜ ਵੀ ਤੁਸੀਂ ਗਠਬੰਧਨ ਚ ਹੋ, ਤੁਸੀਂ ਇਹ ਨੀ ਹੈਗਾ ਕਿ ਗੱਠਬੰਧਨ ਨਹੀਂ ਹੈਗੇ, ਤੁਸੀਂ ਧੱਕੇ ਖਾਂਦੇ ਰਹੇ ਹੋ, ਆਹ 3 ਸਟੇਟਾਂ ਤੁਹਾਡੇ ਕੋਲ ਅਜੇ ਹੁਣ ਨਹੀਂ ਹੈ, ਅਸੀਂ
ਹੁਣ ਤੁਹਾਨੂੰ ਧੱਕੇ ਖਵਾਵਾਂਗੇ, ਹੁਣ ਜਨਤਾ ਖਵਾਏਗੀ ਤੁਹਾਨੂੰ ਧੱਕੇ, ਅਸੀਂ ਨਹੀਂ ਖਵਾਵਾਂਗੇ, ਅਸੀਂ ਤਾਂ ਉੱਤੇ ਜਾ ਕੇ ਚਾਂਦਣੀ ਆਂਦੇ ਦੀ ਰਾਤ। ਜੋ ਤੁਸੀਂ ਕੀਤਾ ਹਿੰਦੁਸਤਾਨ ਦੇ ਅੰਦਰ ਤੁਹਾਨੂੰ ਲੋਕ ਧੱਕੇ ਦੇਣਗੇ, ਆ ਤਿੰਨ ਸਟੇਟਾਂ ਦੇ ਅੰਦਰ ਧੱਕੇ ਦਿੱਤੇ ਨੇ ਲੋਕਾਂ ਨੇ ਤੁਹਾਨੂੰ, ਕਿਉਂ ਦਿੱਤੇ ਦੱਸ ਦਿਓ, ਤੁਹਾਡੇ ਸਾਹਮਣੇ ਤੁਸੀਂ ਜਵਾਬ ਦੇ ਦਿਓ, ਮਾਨਯੋਗ ਮੇਰੇ ਨਾਲ ਵੱਡੇ ਹੋ ਤੁਸੀਂ, ਤੁਸੀਂ ਸ਼ਾਇਦ ਜ਼ਿਆਦਾ ਪੋਲਿਟਿਕਸ। ਮੈਂ ਤੇਰਾ ਜਵਾਬ ਸੁਣ ਲਓ, ਸੁਣ ਲਓ, ਇਹ ਦੋ ਦਿਨ ਦੀ ਚਾਂਦਣੀ ਬਾਲੀ ਸਾਹਿਬ, ਫਿਰ ਅੰਧੇਰੀ ਰਾਤ, ਬਹੁਤ ਲੰਬੀ ਅੰਧੇਰੀ ਰਾਤ ਆਣੀ ਚਾਹੀਦੀ ਹੈ, ਭੁੱਲ ਜਾਓ ਮਾਨਯੋਗ, ਮਾਨਯੋਗ ਮੇਰੀ ਗੱਲ ਸੁਣੋ ਸਵਰੀਆ ਸਾਹਿਬ, ਇਹ ਤੁਸੀਂ ਮੇਰੇ ਤੇ ਗੱਲ ਕਰਦੇ ਹੋ, ਇਹ ਤੁਹਾਡੇ ਤੇ ਵੀ ਲਾਗੂ ਹੋ ਜਾਏਗਾ, ਇਹ ਤੇ ਤੁਸੀਂ ਵੀ ਜਿਹੜੀ ਹੈ ਚਾਂਦਣੀ ਤੁਹਾਡੀ ਵੀ ਮੇਰੀ ਰਾਤ ਆਉਣ ਵਾਲੀ ਹੈ, ਮਗਰ 2 ਮਹੀਨੇ ਰਹਿ ਗਏ ਤਾਂ ਕਰਕੇ, 2 ਮਹੀਨੇ ਰਹਿ ਗਏ ਤੁਹਾਡੇ ਵੱਲੇ, ਤੁਹਾਡੇ ਲੀਡਰ ਜਿਹੜੇ ਪੁੱਛਦੇ ਨੇ ਕਿ ਇਹ ਤੁਹਾਡੇ ਤੇ ਵੀ ਆਉਣ ਵਾਲੀ ਹੈ, ਜਿਹੜੇ ਮੋਦੀ ਸਾਹਿਬ ਜੀ ਬਲੀ ਬਲੀ ਮੋਦੀ ਸਾਹਿਬ ਨੇ ਪਾਕਿਸਤਾਨ ਤੇ ਮਿਲ ਕੇ ਹੋਮਾ ਅਟੈਕ ਕੀਤਾ, ਜਨਤਾ ਦੇਖਦੀ ਹੈ ਕਿ ਤੁਸੀਂ ਕਾ ਸਮਰੀਆ ਸਾਹਿਬ, ਓਕੇ ਓਕੇ, ਸਮਰੀਆ ਸਾਹਿਬ ਗੱਲ ਕਰੋ, ਤੁਹਾਡੀ ਵੀ ਸਮਝ ਆਵੇ ਤੇ ਮੇਰੀ ਵੀ ਸਮਝ ਆਵੇ, ਰਾਈਟ 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 ਰਾਈਟ, ਸਮਰੀਆ ਸਾਹਿਬ ਜਿਹੜੀ ਸਮਰੀਆ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਇਹ ਅੰਧੇਰੀ ਰਾਤ ਤੇ ਤੁਹਾਡੀ ਆ ਗਈ, ਸਾਡੀ ਅੰਧੇਰੀ ਦਾ ਸਾਡੀ ਤੇ ਚਾਂਦਣੀ ਹੋ ਗਈ, ਤੇ ਪਰਮੇਸ਼ਰ ਸੁੱਖ ਰੱਖੇ ਅੱਗੇ ਵੀ ਚਾਂਦਣੀ ਹੋਏਗੀ, ਅੰਧੇਰੀ ਰਾਤ ਤੇ ਤੁਹਾਡੀ ਆ ਗਈ, ਕਿ ਤੁਹਾਨੂੰ ਹਿੰਦੁਸਤਾਨ ਦੇ ਅੰਦਰ ਅੱਜ ਕੀ ਕਹਿ ਰਹੇ ਲੋਕ ਹੈ ਤੁਸੀਂ ਦੇਖ ਲਓ, ਤੁਹਾਡੇ ਸਾਹਮਣੇ ਸਮਰੀਆ ਸਾਹਿਬ ਕੀ ਕਰ ਰਹੇ ਹੋ ਤੁਸੀਂ ਹਿੰਦੁਸਤਾਨ ਦੇ ਅੰਦਰ, ਕਿੱਦਾਂ ਖਿਲਵਾੜ ਹੋ ਰਿਹਾ ਹਿੰਦੁਸਤਾਨ ਦੇ ਅੰਦਰ, ਕਿਵੇਂ ਜਵਾਨ ਸ਼ਹੀਦ ਹੋ ਗਏ ਹਿੰਦੁਸਤਾਨ ਦੇ ਅੰਦਰ, ਕਿਵੇਂ ਕਸ਼ਮੀਰ ਦੇ ਵਿੱਚ ਹੋ ਰਿਹਾ ਹਿੰਦੁਸਤਾਨ ਦੇ ਅੰਦਰ, ਬਾਲੀ ਜੀ ਕੋਈ ਜਵਾਬ ਹੈ ਇਸ ਚੀਜ਼ ਦਾ, ਲੈ ਲਓ ਜਵਾਬ, ਲੈ ਲਓ ਬਾਲੀ ਜੀ, ਸਮਰੀਆ ਸਾਹਿਬ ਜੀ, ਗੌਰਵ ਜੀ, ਸਮਰੀਆ ਸਾਹਿਬ ਜੀ, ਗੌਰਵ ਜੀ, ਮੈਂ ਇਹਨਾਂ ਨੂੰ ਜੇ ਬਾਲੀ ਸਾਹਿਬ ਜੀ ਕਹਿੰਦੇ ਮੇਰੀ ਚਾਂਦਨੀ ਰਾਤ ਆਉਣ ਵਾਲੀ ਹੈ, ਇਹਨਾਂ ਦਾ ਲੀਡਰ ਬੀ ਕੇ ਹਰੀ ਪ੍ਰਸਾਦ ਕੀ ਕਹਿੰਦੇ ਨੇ, ਕੀ ਕਹਿੰਦੇ ਨੇ ਪਰਸੋਂ ਕਿ ਉਹ ਮੋਦੀ ਜੀ ਨੇ ਉਹ ਇਮਰਾਨ ਖਾਨ ਨਾਲ ਮਿਲ ਕਰਕੇ ਇੱਕ ਸਮਝੌਤਾ ਕਰਕੇ ਪੁਲਵਾਮਾ ਅਟੈਕ ਕੀਆ, ਉਹ ਜਨਤਾ ਦੇਖ ਨਹੀਂ ਰਹੀ ਕਿ ਤੁਹਾਡੇ ਲੀਡਰ ਕਰਦੇ ਕੀ ਹੈ, ਉਹ ਸਾਨੂੰ ਪੁੱਛਦੇ, ਸਾਡੇ ਫੌਜ ਨੂੰ ਪੁੱਛਦੇ ਕਿੰਨੇ ਲੋਕ ਮਰੇ, ਚੌਦੀ ਤੋਂ ਚਾਂਦਨੀ ਰਾਤ, ਤੁਸੀਂ ਰੁਕ ਜਾਓ, ਆਲਰਾਈਟ ਸਮਰੀਆ ਸਾਹਿਬ, ਠੀਕ ਹੈ, ਆਪਾਂ ਗੱਠਜੋੜ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ, ਅਗਰ ਤੁਸੀਂ ਹੁਣ ਕਸ਼ਮੀਰ ਦਾ ਮੁੱਦਾ ਚੁੱਕ ਲਿਆ, ਵੈਰੀ ਸ਼ਾਰਟ ਕਮੈਂਟ ਫਰੋਮ ਯੋਰ ਸਾਈਡ, ਤੁਸੀਂ ਪਹਿਲੇ ਮਹਿਬੂਬਾ ਮੁਫਤੀ ਨਾਲ ਪੀਡੀਪੀ ਦੇ ਨਾਲ ਸਮਝੌਤਾ ਕਰਕੇ ਗੱਠਜੋੜ ਦੀ ਸਿਆਸਤ ਉੱਥੇ ਕਰ ਲਿੱਤੀ, ਸਰਕਾਰ ਬਣਾ ਲਈ, ਬਹੁਤ ਵਧੀਆ ਸੀ, ਹੁਣ ਉਹ ਬੀਬੀ ਨੇ ਜਦੋਂ ਸਵਾਲ ਚੁੱਕੇ ਤਾਂ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਐਂਟੀ ਨੈਸ਼ਨਲ ਨੇ, ਮਾੜੇ ਨੇ, ਜਦੋਂ ਤੁਸੀਂ ਕੀਤਾ ਸੀਗਾ ਤੁਹਾਡੀ ਸਰਕਾਰ ਸੀ, ਆਲ ਵਾਜ਼ ਵੈਲ ਐਟ ਦੈਟ ਟਾਈਮ, ਨਾਓ ਇਟ ਇਜ਼ ਨਾਟ ਗੁੱਡ, ਇਹ ਕਿਵੇਂ? ਗੌਰਵ ਜੀ ਨਹੀਂ, ਮੈਂ ਕਿਉਂਕਿ ਉਸ ਵਕਤ ਤੁਸੀਂ ਕਿਹਾ ਸੀ ਸਮੇਂ ਥੋੜਾ ਹੈ, ਹਾਂ ਤੁਸੀਂ ਜਲਦੀ ਦੱਸੋ, ਮੇਰੇ ਕੋਲ ਸਮੇਂ ਘੱਟ ਹੈ, ਬਾਕੀ ਕੋਲ ਵੀ ਜਾਣਾ ਮੈਂ, ਉਹ ਕਸ਼ਮੀਰ ਦਾ ਜਿਹੜਾ ਸਿਚੁਏਸ਼ਨ ਹੈ, ਇਟਸ ਅ ਵੈਰੀ ਵੈਰੀ ਡਿਫਰੈਂਟ ਸਿਚੁਏਸ਼ਨ, ਜਦੋਂ ਸਾਡੀ ਆਈਡੀਓਲੋਜੀ ਕਦੋਂ ਨਹੀਂ ਮਿਲ ਰਹੀ ਸੀ ਪੀਡੀਪੀ ਨਾਲ, ਅਸੀਂ ਕਹਿ ਰਹੇ ਅਸੀਂ ਇੱਕ ਐਕਸਪੈਰੀਮੈਂਟ ਕਰ ਰਹੇ ਸੀ ਕਿਸੇ ਤਰ੍ਹਾਂ ਦੇ, ਇਹ ਕਿਤੇ ਮੇਨ ਸਟ੍ਰੀਮ ਤੇ ਆਏ, ਉੱਥੇ ਅਸੀਂ ਫੇਲਿਓਰ, ਸਾਡਾ ਫੇਲ ਹੋਇਆ, ਔਰ ਅਸੀਂ ਉਦੋਂ ਜਲਦੀ ਆਈਡੀਓਲੋਜੀ ਮਿਲ ਨਹੀਂ ਰਹੀ ਸੀ, ਤੁਸੀਂ ਹੁਣ ਆਪ ਹੀ ਐਕਨੋਲੇਜ ਕੀਤਾ ਇਸ ਗੱਲ ਨੂੰ, ਰਾਈਟ, ਛੱਡ ਦੋ, ਨਹੀਂ ਮੈਮ ਠੀਕ ਹੈ, ਤੁਸੀਂ ਆਪ ਮੰਨ ਲਿਆ, ਮੈਂ ਜ਼ਿਆਦਾ ਇਹਦੇ 'ਚ ਜਾਊਂਗਾ ਨਹੀਂ ਡੀਪਰ, ਪਰ ਕਿਸ ਤਰੀਕੇ ਦੇ ਨਾਲ, ਇਕਬਾਲ ਜੀ ਤੋਂ ਮੈਂ ਸ਼ੁਰੂ ਕਰ ਰਿਹਾ, ਇਕਬਾਲ ਜੀ, ਐਨਡੀਏ ਵਰਸਿਸ ਯੂਪੀਏ ਦੇਸ਼ 'ਚ ਚੱਲ ਰਿਹਾ, ਇਹਨਾਂ ਦੇ ਗਠਬੰਧਨ ਹੈਗੇ ਆ, ਗੱਠਜੋੜ ਹੈਗੇ ਆ, ਚੱਲ ਰਹੇ ਨੇ, ਜਿਹੜੇ ਸੂਬੇ ਦੇ ਗੱਠਜੋੜ ਸੰਭਾਵਿਕ ਹੈ, ਜਿਹੜੇ ਹੋਣ ਵਾਲੇ ਨੇ, ਸੰਭਾਵਿਤ ਨੇ, ਤੁਹਾਡਾ ਇਹਨਾਂ ਦਾ ਜਾਂ ਦੂਜਾ, ਖਹਿਰਾ ਸਾਹਿਬ ਕਰਕੇ ਬੈਠੇ ਹੋਏ ਨੇ, ਤੁਹਾਡਾ ਸਾਡੇ ਖਿਚੜੀ ਪੱਕੀ ਹੋਈ ਹੈ, ਪੰਜਾਬ ਦੇ ਲੋਕ ਉਹੀ ਜਾਣਨਾ ਚਾਹੁੰਦੇ, ਜਿਸ ਕਰਕੇ ਆਪਾਂ ਅੱਜ ਆਪਾਂ ਡਿਬੇਟ ਕਰ ਰਹੇ ਹਾਂ, ਕੋਈ ਫਰਕ ਵੀ ਪਏਗਾ ਕਿ ਵੋਟਾਂ ਹੀ ਖਰਾਬ ਹੋਣੀਆਂ ਲੋਕਾਂ ਦੀਆਂ? ਤੁਸੀਂ ਦੇਖ ਲਓ, ਵੋਟਾਂ ਤੋਂ ਇੱਕ ਮਹੀਨਾ ਪਹਿਲਾਂ ਲੋਕਾਂ ਨੇ ਪੂਰਾ ਦੇਖ ਲੈਣਾ ਸਭ ਦਾ ਤਮਾਸ਼ਾ,
ਤੇ ਮਨ ਬਣਾ ਲੈਣਾ, ਉਦੋਂ ਤੱਕ ਤਸਵੀਰ ਸਾਰੇ ਗਠਬੰਧਨਾਂ ਦੀ ਸਾਫ਼ ਹੋ ਜਾਣੀ ਹੈਗੀ। ਇਸ ਕਰਕੇ ਸਾਡੀ ਪਾਰਟੀ ਹੈ ਜਿਹੜੀ, ਇਹ ਇੱਕ ਪਾਰਟੀ ਹੈਗੀ, ਬਾਕੀ ਪਾਰਟੀਆਂ ਹਜੇ ਸ਼ੁਰੂਆਤ ਹੋ ਰਹੀਆਂ ਸੀ, ਫੇਰ ਵੀ ਕਹਿੰਦੇ ਵੀ ਚਲੋ ਇਹਨਾਂ ਨਾਲ ਲੱਗ ਕੇ। ਅਸੀਂ ਇਹ ਨੀ ਕਹਿਣਾ ਚਾਹੁੰਦੇ ਵੀ ਹਾਂ ਕੋਈ ਕੱਲ ਨੂੰ ਸਾਨੂੰ ਕਹੇ ਵੀ ਇਹਨਾਂ ਨੇ ਕੋਸ਼ਿਸ਼ ਤੱਕ ਨੀ ਕੀਤੀ, ਇਸ ਕਰਕੇ ਅਸੀਂ ਕਹਿੰਦੇ ਵੀ ਵੋਟ ਹੈ ਜਿਹੜੀ ਨੀ, ਲੋਕਾਂ ਨੇ ਤੁਹਾਡੀ ਕੋਸ਼ਿਸ਼ ਤੋਂ ਕੀ ਲੈਣਾ, ਵੋਟ ਹੈ ਜਿਹੜੀ ਲੋਕਾਂ ਨੇ ਤੁਹਾਡੀ ਕੋਸ਼ਿਸ਼ ਤੋਂ ਕੀ ਲੈਣਾ। ਕਹਿਣ ਦਾ ਭਾਵ ਹੈ ਕਿ ਜਿਹੜੀ ਵੋਟਾਂ ਪੈਣੀਆਂ ਹੈ ਉਹ ਅਜਿਹੇ ਇੱਕ ਗਠਜੋੜ ਨੂੰ ਪੈਣ, ਸਪੋਜ਼ ਤੁਸੀਂ ਅਗਰ ਨੈਸ਼ਨਲੀ ਕਿਸੇ ਨਾਲ ਕਨੈਕਟਿਡ ਹੋ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਉਹਨਾਂ ਨੂੰ ਪਾਉਣਗੇ, ਤੁਸੀਂ ਅਗਰ ਨੈਸ਼ਨਲੀ ਨਾ ਕਾਂਗਰਸ ਦੇ ਨਾਲ ਹੋ ਨਾ ਬੀਜੇਪੀ ਨਾਲ ਹੋ, ਤੁਹਾਨੂੰ ਵੋਟ ਪਾ ਕੇ ਤੁਹਾਨੂੰ ਲੱਗੇਗਾ ਲੋਕਾਂ ਦੇ ਕੰਮ ਤੁਸੀਂ ਕਰਾ ਪਾਓਗੇ ਤਾਂ ਫਿਰ ਲੋਕ ਵੋਟਾਂ ਕਿਉਂ ਪਾਉਣਗੇ। ਲੈ ਹੁਣ ਇਹਦਾ ਜਵਾਬ ਦੇਣ ਦੇ ਦਿੰਦਾ। ਹਾਂਜੀ ਹਾਂਜੀ ਦੱਸੋ ਜੀ, ਮੋਦੀ ਸਾਹਿਬ ਦਿੱਲੀ ਚ ਆ ਰਹੇ ਦੁਬਾਰੇ, ਕਾਂਗਰਸ ਵੀ ਆਪਣੇ ਬਲ ਬੁੱਤੇ ਨਹੀਂ ਆ ਰਹੀ, ਮੋਦੀ ਸਾਹਿਬ ਵੀ ਆ ਨਹੀਂ ਰਹੇ, ਕੇਜਰੀਵਾਲ ਆ ਰਹੇ, ਇਹ ਰੀਜਨਲ ਪਾਰਟੀਆਂ ਦਾ ਹੀ ਗਠਬੰਧਨ ਬਣਨਾ, ਚਾਹੇ ਬੀਜੇਪੀ ਦਾ ਐਨਡੀਏ ਬਣੇ ਚਾਹੇ ਯੂਪੀਏ ਬਣੇ, ਬਣਨਾ ਰੀਜਨਲ ਪਾਰਟੀਆਂ ਦਾ ਇਕੱਠਾ ਹੋ ਗਈ ਹੈ। ਇਸ ਕਰਕੇ ਆਪਾਂ ਡਿਬੇਟ ਕਰ ਰਹੇ ਭਾਰੂ ਹੋਣਗੀਆਂ ਕਿਵੇਂ ਹੋਣਗੀਆਂ, ਭਾਰੂ ਹੋਣਗੀਆਂ ਕਿਵੇਂ ਹੋਣਗੀਆਂ ਹੋਣਗੀਆਂ। ਮੈਂ ਤੁਹਾਨੂੰ ਦੱਸ ਰਿਹਾ ਯੂਪੀ ਚ ਬੀਐਸਪੀ ਤੇ ਉਹਨਾਂ 70 ਸੀਟਾਂ ਤੋਂ 50-60 ਉਹਨਾਂ ਨੇ ਲੈ ਜਾਣੀਆਂ, ਤੇ ਤਿੰਨ ਸਟੇਟਾਂ ਕਾਂਗਰਸ ਪਹਿਲਾਂ ਹੀ ਨਹੀਂ ਬੈਠੀ ਹੈ, ਬੀਜੇਪੀ ਹੈ ਕਿੱਥੇ, ਹਿੰਦੂ ਡੋਮੀਨੇਟ ਸਟੇਟਾਂ ਚ ਤਾਂ ਬੀਜੇਪੀ ਖਤਮ ਹੈ, ਹੋਰ ਬਾਕੀ ਕਿੱਥੇ ਲੱਭਦੀ ਹੈ, ਬੀਜੇਪੀ ਹੈ ਹੀ ਨਹੀਂ। ਫਿਰ ਪੰਜਾਬ ਚ ਤਾਂ ਵੈਸੇ ਤਿੰਨ ਸੀਟਾਂ ਲੜ ਰਹੀਆਂ, ਉਹ ਵੀ ਨਹੀਂ ਹੈਗੀਆਂ, ਪੰਜਾਬ ਚ ਤਾਂ ਵੈਸੇ ਤਿੰਨ ਸੀਟਾਂ ਤੇ ਲੜ ਰਹੇ, ਇੱਥੇ ਤਾਂ ਬਿਲਕੁਲ ਹੀ ਹੈ ਨਹੀਂ। ਫਿਰ ਤਾਂ ਅਕਾਲੀ ਦਲ ਨੇ ਸੀਟਾਂ ਹੀ ਤਿੰਨ ਦਿੱਤੀਆਂ ਇਹਨਾਂ ਨੂੰ, ਇਹ ਤਾਂ ਲੱਭਣੇ ਹੀ ਨਹੀਂ। ਸਤਿੰਦਰ ਜੀ ਸਭ ਕੈਲਕੂਲੇਸ਼ਨ ਲੋਕ ਜਾਣਦੇ ਆ, ਰਾਈਟ ਰਾਈਟ ਰਾਈਟ। ਸਤਿੰਦਰ ਜੀ ਤੁਸੀਂ ਵੈਸੇ ਇਹਨਾਂ ਨੂੰ ਤਿੰਨ ਸੀਟਾਂ ਦਿੱਤੀਆਂ ਆਪਣੇ ਭਾਈਵਾਲ ਨੂੰ, ਬਿਗ ਬ੍ਰਦਰ ਦੀ ਭੂਮਿਕਾ ਚ ਤੁਸੀਂ ਹੋ, ਇਹ ਤਾਂ ਵੈਸੇ ਵਿਚਾਰੇ ਲੱਭਣੇ ਹੀ ਨਹੀਂ ਅਕੋਰਡਿੰਗ ਟੂ ਇਕਬਾਲ ਜੀ। ਇਕਬਾਲ ਜੀ ਬਿਲਕੁਲ ਜੀ, ਦੇਖੋ ਇਕਬਾਲ ਜੀ ਦਾ ਇੰਨੀ ਜਲਦੀ ਇਸ ਫੈਸਲੇ ਤੇ ਆ ਜਾਣਾ ਵੀ ਇਹਨਾਂ ਨੇ ਲੱਭਣਾ ਨਹੀਂ ਤਿੰਨ ਸੀਟਾਂ, ਇਹ ਇੱਕ ਨਵੀਂ ਪਾਰਟੀ ਦੀ ਇਮੈਚਿਓਰਿਟੀ ਹੁੰਦੀ ਹੈ, ਇਹਨਾਂ ਦੀ ਮੈਚਿਓਰਿਟੀ ਨਹੀਂ ਹੁੰਦੀ। ਕੋਈ ਵੀ ਨਵੀਂ ਪਾਰਟੀ ਜਦੋਂ ਸਿਆਸਤ ਵਿੱਚ ਆਉਂਦੀ ਆ, ਭਾਵੇਂ ਉਹਦੇ ਜਿਹੜੇ ਲੀਡਰ ਨੇ ਉਹ ਐਕਸਪੀਰੀਅੰਸਡ ਹੋਣ, ਪਰ ਉਹ ਪਾਰਟੀ ਤਾਂ ਇਮੈਚਿਓਰ ਹੀ ਹੈ ਨਾ, ਉਹ ਜੋਸ਼ ਵੀ ਹੁੰਦਾ ਸਭ ਕੁਛ ਹੁੰਦਾ, ਜਦੋਂ ਉਹ ਗਰਾਊਂਡ ਰਿਐਲਿਟੀ 'ਤੇ ਆ ਕੇ ਲੋਕਾਂ ਨੂੰ ਫੇਸ ਕਰਦੇ ਆ, ਝਟਕਾ ਜਿਹਾ ਵੱਜਦਾ ਅਤੇ ਫਿਰ ਲੱਗਦਾ ਪਤਾ ਵੀ ਯਾਰ ਅਸੀਂ ਕਿਤਾਬ 'ਤੇ ਲਿਖ ਲੈਣਾ, ਡਰਾਇੰਗ ਰੂਮ 'ਚ ਬਹਿ ਕੇ ਪੰਜਾਬ ਦੀ ਸੱਤਾ ਨੂੰ ਐ ਉਛਾਲ ਦੇਣਾ ਵੀ ਗੱਲ ਹੋ ਗਈ, ਐ ਹੋ ਜਾਣਾ, ਉਹ ਫਿਰ ਪਤਾ ਲੱਗਦਾ, ਉਹ ਪਤਾ ਲੱਗਦਾ ਫਿਰ ਭਾਵੇਂ ਤੁਹਾਡਾ ਤੇ ਸੰਵਰੀਆ ਸਾਹਿਬ ਦਾ ਭਾਜਪਾ ਅਕਾਲੀ ਦਲ ਦਾ ਗੱਠਜੋੜ ਹੈਗਾ, ਪਰ ਕਹਿ ਰਹੇ ਕਿ ਅਕਾਲੀ ਦਲ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੇ। ਅਕਾਲੀ ਦਲ ਦੀ ਕੀ ਸਿਚੁਏਸ਼ਨ ਹੈ, ਕਿੰਨੀਆਂ ਸੀਟਾਂ ਕੱਢੋਗੇ, ਹੁਣ 4 ਹੈ, 2-3 ਆ ਜਾਣਗੀਆਂ। ਅਸੀਂ ਇਲੈਕਸ਼ਨ ਹਾਰੀ ਸਮਝ ਕੇ ਲੜਦੇ ਹਾਂ, ਰਾਈਟ। ਅੱਜ ਦੀ ਡੇਟ 'ਚ ਜੇ ਤੁਸੀਂ ਮੈਨੂੰ ਪੁੱਛੋ ਤਾਂ ਅਸੀਂ ਇਹ ਕਹਿੰਦੇ ਵੀ ਅਸੀਂ ਸਾਰੀਆਂ ਹੀ ਹਾਰਦੇ ਹਾਂ, ਓਕੇ, ਪਰ ਸਾਡੇ 'ਚ ਲੜਨ ਦਾ ਜਜ਼ਬਾ, ਲੜਨ ਦਾ ਮਾਦਾ, ਚਲੋ ਗੁੱਡ, ਕੈਡਰ ਹੈਗਾ, ਵੈਰੀ ਗੁੱਡ। ਅਸੀਂ ਕਦੀ ਵੀ ਆਪਣੀ ਕੈਲਕੂਲੇਸ਼ਨ, ਮੈਂ ਇੱਥੇ ਬਹਿ ਕੇ 3 ਆ ਗਈਆਂ, 5 ਆ ਗਈਆਂ, 6 ਆ ਗਈਆਂ, ਇਹ ਹੋ ਜਾਣਾ, ਅਸੀਂ ਉਸ ਪਾਸੇ ਨਹੀਂ ਜਾਂਦੇ। ਅਸੀਂ ਲੜਾਈ ਲੜਨੀ ਜਾਣਦੇ ਹਾਂ, ਠੀਕ ਹੈ। ਕੈਂਡੀਡੇਟ ਹੈਗੇ ਨਾ ਤੁਹਾਡੇ ਕੋਲ? ਸਿੰਘ ਬਾਦਲ ਦੇ ਅਸੀਂ ਸਿਪਾਹੀ ਆ ਸਾਰੇ, ਨਹੀਂ ਕੈਂਡੀਡੇਟ ਕੁਛ ਆ ਜਾਣਾ, ਅੱਛਾ ਕੈਂਡੀਡੇਟ, ਮੈਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਕੈਂਡੀਡੇਟ ਨਹੀਂ ਮਿਲ ਰਹੇ ਤੁਹਾਨੂੰ,
ਚਲੋ ਇਹਨਾਂ ਨੂੰ ਖੁਸ਼ੀ ਮਿਲਦੀ ਆ ਤੇ ਫਿਰ ਵਧੀਆ, ਜੇ ਅਸੀਂ ਖੁਸ਼ੀ ਦਿੰਦੇ ਆ ਤੇ ਹੋਰ ਕੀ ਚਾਹੀਦਾ। ਇਹ ਵੀ ਗੱਲ ਸਹੀ ਹੈ ਤੁਹਾਡੀ, ਕਿਸੇ ਦੇ ਖੁਸ਼ੀ ਦੇ ਕਾਰਨ ਸਾਨੂੰ ਲੜਾਈ ਲੜਨੀ ਆਉਂਦੀ ਆ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਆ ਸਾਰੇ, ਉਹ ਯੂਥ ਲੀਡਰ ਹੈ। ਸਰਦਾਰ ਬਿਕਰਮ ਸਿੰਘ ਮਜੀਠੀਆ ਇੱਕ ਯੂਥ ਨੂੰ ਮੋਬਲਾਈਜ਼ ਕਰਨਾ ਜਾਣਦੇ ਆ। ਲੜਾਈ ਸਾਨੂੰ ਲੜਨੀ ਆਉਂਦੀ ਆ, ਲੜ ਕੇ ਦਿਖਾਵਾਂਗੇ ਵਧੀਆ। ਰਾਈਟ, ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਇਹ ਜਿਹੜੀ ਕੌਮੀ ਪਾਰਟੀਆਂ ਨੇ, ਨੈਸ਼ਨਲ ਪਾਰਟੀਆਂ ਨੇ, ਉਹਨਾਂ ਦੇ ਵਿਚਾਲੇ ਹੁਣ ਤੁਹਾਡੀਆਂ ਨਵੀਆਂ, ਹਾਲੇ ਹੁਣੇ ਹੁਣੇ ਰਜਿਸਟਰ ਕੀਤੀ ਹੈ, ਤੁਸੀਂ ਵੀ ਹੁਣੇ ਹੁਣੇ ਆਏ ਹੋ, ਇਹ ਪਾਰਟੀਆਂ ਕੀ ਕਿੰਨਾ ਡੈਂਟ ਮਾਰਨਗੀਆਂ, ਕਿੰਨਾ ਖੋਰਾ ਲਾਣਗੀਆਂ ਦੂਜਿਆਂ ਨੂੰ, ਜਿੱਤ ਵੀ ਪਾਉਣਗੀਆਂ ਜਾਂ ਕਿੰਨੀਆਂ ਵੋਟਾਂ ਲੈ ਸਕਣ, ਕਿੱਦਾਂ ਮਤਲਬ ਲੋਕ ਕਿੱਦਾਂ ਸਮਝਣ ਤੁਹਾਨੂੰ ਕਿ ਪੀਰ ਮੁਹੰਮਦ ਸਾਹਿਬ ਨੂੰ, ਉਹਨਾਂ ਦੀ ਪਾਰਟੀ ਨੂੰ, ਬ੍ਰਹਮਪੁਰਾ ਸਾਹਿਬ ਨੂੰ ਵੋਟ ਕਿਵੇਂ ਪਾਉਣਗੇ, ਭਰੋਸਾ ਕਿਵੇਂ ਕਰਨਗੇ, ਵੱਡੀ ਗੱਲ ਹੈ ਭਰੋਸਾ। ਦੇਖੋ ਡੈਮੋਕ੍ਰੇਸੀ ਦਾ ਇੱਕ ਇਹੋ ਜਿਹਾ ਵੱਖਰਾ ਹੀ ਤਕਾਜ਼ਾ ਹੈ ਕਿ ਇੱਕ ਪਾਸੇ 50,000 ਵੋਟਾਂ ਦੇ ਨਾਲ ਜਿਹੜਾ ਉਹ ਬੰਦਾ ਜਿੱਤ ਜਾਂਦਾ ਅਤੇ ਜਿਹੜਾ 59,990 ਲਵੇ, 99 ਲਵੇ ਅਤੇ ਉਹ ਹਾਰ ਜਾਂਦਾ। ਇਹ ਜਿਹੜੇ ਹਾਰ ਜਾਂਦੇ ਇਹਦਾ ਮਤਲਬ ਕਿ ਉਹ ਕਿਤੇ ਬਹੁਤੇ ਮਾੜੇ ਨਹੀਂ ਹੁੰਦੇ ਅਤੇ ਜਿਹੜੇ ਜਿੱਤ ਜਾਂਦੇ ਬਹੁਤੇ ਚੰਗੇ ਨਹੀਂ ਹੁੰਦੇ। ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਨੈਸ਼ਨਲ ਪੋਲੀਟਿਕਸ ਏ, ਜਿਹਨੂੰ ਲੈ ਕੇ ਮੋਦੀ ਸਾਹਿਬ ਇੰਡੀਆ ਦੇ ਵਿੱਚ ਆਏ ਸੀ ਕਿ ਮੈਂ ਇਸ ਤਰ੍ਹਾਂ ਦਾ ਇੰਡੀਆ ਬਣਾ ਦਿਆਂਗਾ, ਮੈਂ ਇਸ ਦੇ ਵਿੱਚ ਜਿਹੜਾ ਬਾਹਰ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਧਨ ਨੇ ਉਹ ਵਾਪਸ ਲਿਆਵਾਂਗਾ, ਪਰ ਇੱਥੇ ਮੋਦੀ ਦੇ ਕਿੰਨੇ ਭਰਾ ਜਿਹੜੇ ਆ ਉਹਦੇ ਅੱਖਾਂ ਦੇ ਸਾਹਮਣੇ ਪਾਕਿਸਤਾਨ ਤੋਂ ਜਹਾਜ਼ ਵੀ ਆ ਗਏ, ਹੱਥ ਨਹੀਂ ਲਾ ਸਕੇ। ਨਹੀਂ ਨਹੀਂ ਕੋਈ ਨਹੀਂ ਵਾਪਸ ਆਇਆ। ਦੂਸਰੀ ਗੱਲ ਇਹ ਆ ਕਿ ਜਿਹੜੀ ਉਹਨਾਂ ਨੇ ਜਿੰਨੀ ਵੀ ਗੱਲ ਹੁਣ ਤੱਕ ਕੀਤੀ ਹੈ ਉਹ ਸਾਰੀਆਂ ਸਵੈ ਵਿਰੋਧੀ ਸਾਬਤ ਹੋਈਆਂ ਨੇ, ਚਾਹੇ ਉਹ ਏਅਰ ਸਟ੍ਰਾਈਕ ਦੀ ਗੱਲ ਹੈ, ਚਾਹੇ ਉਹ ਦੂਸਰੇ ਮਸਲੇ ਹੈਗੇ ਨੇ। ਔਰ ਅੱਜ ਤੁਸੀਂ ਦੇਖੋ ਜਿਹੜਾ ਨੋਟਬੰਦੀ ਹੋਈ ਹੈ, ਇਹਨਾਂ ਨੂੰ ਸ਼ਾਇਦ ਚੇਤਾ ਭੁੱਲ ਗਿਆ ਹੋਵੇਗਾ, ਲੋਕਾਂ ਨੂੰ ਨਹੀਂ ਚੇਤਾ ਭੁੱਲਿਆ, ਉਹਦਾ ਜਵਾਬ ਨੋਟਬੰਦੀ ਦਾ ਅੱਗੇ ਜਾ ਕੇ ਦੇਣਾ ਆ ਲੋਕ ਸਭਾ ਚੋਣਾਂ ਦੇ ਵਿੱਚ। ਔਰ ਜਿਹੜੇ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਹੁਣ ਤੱਕ ਭਰਾ ਨੂੰ ਭਰਾ ਨਾਲ ਲੜਾਉਣ ਦੀ ਜਿਹੜੀ ਰਾਜਨੀਤੀ ਕਰਦਿਆਂ, ਬੀਜੇਪੀ 2 ਸੀਟਾਂ ਤੋਂ ਇੱਥੋਂ ਤੱਕ ਪਹੁੰਚੀ ਸੀ, ਉੱਥੇ ਹੀ ਇਹਨਾਂ ਨੇ ਜਾਣਾ ਦੁਬਾਰਾ, ਕਿਉਂਕਿ ਇਹ ਜਿਹੜੀ ਰਾਜਨੀਤੀ ਹੈ ਇਹਨਾਂ ਦੇ ਸਿਟਿੰਗ MP ਉਹ ਸਾਧਵੀ ਜਿਹੜੇ ਸਨ ਉਹਨਾਂ ਨੇ ਜੋ ਦੱਸਿਆ ਉਹ ਕਹਿੰਦੀ ਕਿ ਮੇਰਾ ਤਾਂ ਦਮ ਘੁੱਟਣ ਲੱਗ ਪਿਆ, ਤੁਸੀਂ ਆਪਣੇ ਇੰਨੀ ਫਿਰਕਾ ਪ੍ਰਸਤ ਬੀਜੇਪੀ ਸੋਚ ਜਿਹੜੀ ਉਸ ਦੇ ਵਿੱਚ ਮੈਂ ਨਹੀਂ ਰਹਿ ਸਕਦੀ। ਲੋਕਾਂ ਦੇ ਨਵਾਂ ਕੀ ਲਿਆਓਗੇ ਦੱਸੋ, ਮੈਂ ਲੋਕਾਂ ਦੇ ਨਵਾਂ ਕੀ ਲਿਆਓਗੇ ਦੱਸੋ, ਇਹ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਖੇਤਰੀ ਪਾਰਟੀਆਂ ਦੀ ਬਹੁਤ ਵੱਡੀ ਵੈਲਿਊ ਹੈ, ਇੱਥੇ ਬੈਠ ਕੇ ਭਾਸ਼ਣ ਦੇ ਰਹੇ ਨੇ ਖੇਤਰੀ ਪਾਰਟੀ ਦੀ ਬਹੁਤ ਵੱਡੀ ਵੈਲਿਊ ਹੈ, ਇਹ ਤਾਂ ਪੰਜਾਬ ਨੂੰ ਪੰਜਾਬ ਹੀ ਨਹੀਂ ਮੰਗਦੇ, ਇਹ ਤਾਂ ਪੰਜਾਬ ਦੇ ਵੀ ਟੁਕੜੇ ਟੁਕੜੇ ਕਰਨਾ ਚਾਹੁੰਦੇ ਸੀ, ਇਹ ਤਾਂ ਕਿਸੇ ਤਰ੍ਹਾਂ ਦੇ ਹੁਣ ਇੱਥੇ ਸਾਡੇ ਕੋਲ ਆਮ ਆਦਮੀ ਦੀ ਪਾਰਟੀ, ਉਹ ਕੀ ਕਹਿੰਦੇ ਨੇ ਰੋਟੀ ਨਾਲ ਧਰਮ ਬਦਲ ਜਾਂਦਾ ਹੈ, ਉਹ ਪੰਜਾਬ ਦੀ ਧਰਤੀ ਤੇ ਬੈਠੇ ਨੇ, ਇੱਥੇ ਗੁਰੂ ਗੁਰੂ ਮਹਾਰਾਜਾ ਨੇ ਆਪਣੇ ਸਤਿਗੁਰੂ ਮਾਫ ਨਹੀਂ ਕਰਨਾ, ਰੋਟੀ ਵਾਸਤੇ ਧਰਮ ਬਦਲ ਜਾਂਦਾ ਹੈ, ਇੱਦਾਂ ਹੀ ਸ਼ੋਰ ਕਰਦੇ ਰਹੋਗੇ ਔਰ ਜਨਤਾ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਦੇ। ਹੁਣ ਨੋਟਬੰਦੀ ਨੋਟਬੰਦੀ ਦੇ ਬਾਅਦ ਅਸੀਂ ਯੂਪੀ ਜਿੱਤਿਆ, ਅਸੀਂ ਚੰਡੀਗੜ੍ਹ ਜਿੱਤਿਆ, ਗੱਲ ਕਰਦੇ ਨੇ ਇਹਨਾਂ ਨੂੰ ਬਾਹਰ ਕੋਲ ਦੀ ਗੱਲ ਹੋਏਗੀ, ਨੋਟਬੰਦੀ ਨਾਲ ਚੰਡੀਗੜ੍ਹ ਵੀ ਜਿੱਤ ਲਿਆ, ਯੂਪੀ ਵੀ ਜਿੱਤ ਲਿਆ, ਹੁਣ ਦੇਸ਼ ਵੀ ਜਿੱਤ ਲੈਣਾ। ਬਾਲੀ ਸਾਹਿਬ ਜਿੱਤ ਲਿਆ, ਬਾਲੀ ਸਾਹਿਬ ਦਾ ਜਵਾਬ ਲੈ ਲਈਏ, ਕਾਂਗਰਸ ਕੀ ਜਿੱਤੇਗੀ, ਕਿਵੇਂ ਜਿੱਤੇਗੀ? ਦੇਖੋ ਗੱਲ ਇਹ ਕਿ ਜਿਹੜੀ ਸਵਰੀਆ ਸਾਹਿਬ ਇਹ ਸਵਰੀਆ ਸਾਹਿਬ ਤੁਸੀਂ ਸਮਝੇ ਤੁਹਾਨੂੰ ਨਾ ਦੱਸੋ, ਪੰਜਾਬ ਦੇ ਵਿੱਚ ਪੰਜਾਬ ਦੇ ਅੰਦਰ ਬੜਾ ਸਕਸ਼ਮ ਮੁੱਖ ਮੰਤਰੀ ਹੈਗਾ, ਬੜੀ ਸਕਸ਼ਮ ਸਰਕਾਰ ਹੈ, ਹਿੰਦੁਸਤਾਨ ਦੇ ਟੁਕੜੇ ਨਹੀਂ ਹੋਣ ਦਿੰਦੇ, ਅਸੀਂ ਆਪਣੇ ਪੰਜਾਬ ਦੇ ਟੁਕੜੇ ਨਹੀਂ ਹੋ ਦਿੰਦੇ, ਬੜੀ ਗੱਜ ਕੇ ਇਹ ਗੱਲ ਕਹਿ ਦਈਏ। ਬੜੀਆਂ ਸ਼ਹੀਦੀਆਂ ਪੰਜਾਬ 'ਚ ਛੋਟੇ ਤੋਂ ਲੈ ਕੇ ਵੱਡੇ ਤੱਕ ਲੀਡਰਾਂ ਨੇ ਦਿੱਤੀਆਂ ਨੇ, ਆਮ ਲੋਕਾਂ ਨੇ ਵੀ ਬੜੀਆਂ ਦਿੱਤੀਆਂ। ਪੰਜਾਬ ਇੱਕ ਹੈ, ਪੰਜਾਬ ਦੀ ਚਿੰਤਾ ਛੱਡੋ, ਪੰਜਾਬ ਨੂੰ ਜਿਹੜਾ ਹੈਗਾ ਕੋਈ ਪੈਕੇਜ ਦਿਓ, ਪੰਜਾਬ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋ, ਪੰਜਾਬ ਦਾ ਕੋਈ ਸਵਾਰਨ ਦੀ ਕੋਸ਼ਿਸ਼ ਕਰੋ। ਤੁਸੀਂ ਹਿੰਦੁਸਤਾਨ 'ਚ ਬੈਠੇ ਹੋ, ਪੰਜਾਬ ਦੇ ਬਾਰੇ ਤੁਸੀਂ ਜ਼ਿਆਦਾ ਵੈਲਵਿਸ਼ਰ ਹੋਣ ਦੀ ਕੋਸ਼ਿਸ਼ ਨਾ ਕਰੋ, ਜੋ ਪੰਜਾਬ ਦੇ ਵਿੱਚ ਸਾਡੇ ਨਾਲ ਹੋ ਰਿਹਾ ਅਸੀਂ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ, ਮਗਰ ਅਸੀਂ ਸਕਸ਼ਮ ਹਾਂ, ਪੰਜਾਬ ਦਾ ਟੁਕੜਾ ਨਹੀਂ, ਪੰਜਾਬ ਦੀ ਸੁਰੱਖਿਆ ਵੀ ਸਕਸ਼ਮ ਹੈ।
ਪੰਜਾਬ ਦੀ ਸਿਕਿਉਰਿਟੀ ਵੀ ਸਕਸ਼ਮ ਹੈ, ਕਾਨੂੰਨ ਵੀ ਸਕਸ਼ਮ ਹੈ, ਪੰਜਾਬ ਬਿਲਕੁਲ ਜ਼ਬਰਦਸਤ ਹੈਗਾ। ਰਹੀ ਹਿੰਦੁਸਤਾਨ ਦੀ ਗੱਲ, ਤੁਹਾਡੇ ਕੋਲੋਂ ਹੁਣ ਕੀ ਖਿਸਕ ਰਿਹਾ ਹਿੰਦੁਸਤਾਨ 'ਚ, ਤੁਸੀਂ ਉਹਦੀ ਚਿੰਤਾ ਕਰੋ, ਪੰਜਾਬ ਦੀ ਚਿੰਤਾ ਨਾ ਕਰੋ। ਹੁਣ ਤੁਸੀਂ ਪੰਜਾਬ 'ਚ, ਤੁਹਾਡੇ ਕੋਲ ਹਿੰਦੁਸਤਾਨ 'ਚ ਤਿੰਨ ਸਟੇਟਾਂ ਚਲੀਆਂ ਗਈਆਂ। ਅੱਗੇ ਇੱਕ ਸੈਕਿੰਡ ਸਰ, ਸਰ ਮਾਨਿਓ ਵੀ ਇੱਕ ਸੈਕਿੰਡ ਮਾਨਿਓ ਸਰ, ਸੁਣ ਲਓ, ਤੁਹਾਡੇ ਕੋਲ ਹੀ ਆ ਰਿਹਾ ਮੈਂ, ਇਸ ਤੋਂ ਬਾਅਦ ਤੁਹਾਡੇ ਕੋਲ ਹੀ ਆ ਰਿਹਾ ਸਾਹਿਬ, ਤੁਸੀਂ ਇੰਨਾ ਜਜ਼ਬਾ ਵੀ ਨਹੀਂ ਰੱਖਦੇ, ਤੁਸੀਂ ਆਰਮੀ ਪਰਸਨ ਹੋ, ਜਜ਼ਬਾ ਰੱਖਿਆ ਕਰੋ ਸੁਣਨ ਦਾ, ਥੋੜਾ ਮਾਦਾ ਰੱਖੋ ਸੁਣਨ ਦਾ, ਤੁਸੀਂ ਸੱਚਾਈ ਇੰਨੀ ਵੀ, ਤੁਸੀਂ ਕਦੇ ਗਲਤ ਬੋਲ ਰਹੇ ਕਹਿ ਦਿਓ, ਬਾਅਦ ਚ ਮੈਂ ਗਲਤ ਬੋਲ ਰਿਹਾ, ਗਲਤ ਬੋਲਣ ਲੈ ਫਿਰ ਉਹੀ ਗੱਲ ਕਹਿੰਦੇ, ਗਲਤ ਬੋਲ ਰਿਹਾ ਮੈਂ, ਤੁਸੀਂ ਕਹਿ ਦਿਓ ਤੁਹਾਨੂੰ ਮੈਂ ਇੱਕ ਗੱਲ, ਕੀ ਹਿੰਦੁਸਤਾਨ ਚ ਕੀ ਕਰ ਰਹੇ ਹੋ, ਫਿਰਕਾ ਪ੍ਰਸਤੀ ਪਾ ਰਹੇ ਹੋ ਕਿ ਨਹੀਂ ਪਾ ਰਹੇ, ਹਿੰਦੁਸਤਾਨ ਚ ਕੀ ਕਰ ਰਹੇ ਹੋ, ਭਾਈ ਨੂੰ ਭਾਈ ਨਾਲ ਲੜਾ ਰਹੇ ਹੋ ਕਿ ਨਹੀਂ ਲੜਾ ਰਹੇ ਹੋ। ਅੱਜ ਜੇ ਮੈਂ ਕਹਾਂ ਕਿ ਕਸ਼ਮੀਰ ਦੇ ਪੰਡਿਤ ਆ ਕੇ ਬਾਹਰ ਬੈਠੇ ਨੇ, ਹਿੰਦੂ ਨੇ, ਉਹ ਕੀ ਕੀਤਾ ਉਹਨਾਂ ਵਾਸਤੇ, ਤੁਸੀਂ ਤੁਹਾਡੀ ਪੌਣੇ ਪੰਜ ਸਾਲ ਸਰਕਾਰ ਹੋ ਗਈ ਹੈ, ਕੀ ਕੀਤਾ ਉਹਨਾਂ ਹਿੰਦੂਆਂ ਵਾਸਤੇ, ਤੁਸੀਂ ਮੈਨੂੰ ਇਹ ਦੱਸ ਦਿਓ। ਅੱਜ ਤੁਸੀਂ ਰਾਮ ਮੰਦਿਰ ਆਪਣਾ, ਤੁਸੀਂ 4,000 ਕਰੋੜ ਦਾ ਦਫ਼ਤਰ ਬਣਾ ਲਿਆ, ਕਹਿ ਰਾਮ ਮੰਦਿਰ ਬਣਾਇਆ, ਤੁਸੀਂ ਤੁਸੀਂ ਕੀ ਕਰ ਰਹੇ ਹੋ ਹਿੰਦੁਸਤਾਨ ਦੇ ਅੰਦਰ, ਤੁਸੀਂ ਇਹ ਦੱਸੋ ਕਿੰਨੇ ਹਮਲੇ ਹੋ ਗਏ ਹਿੰਦੁਸਤਾਨ ਦੇ ਅੰਦਰ, ਕੀ ਕੀਤਾ ਤੁਸੀਂ ਉਹਦਾ, ਰੋਕ ਰਹੇ ਤੁਸੀਂ ਹਮਲੇ ਉਹਦੇ, ਤੁਸੀਂ ਬੀਜੇਪੀ ਵਾਲੇ ਸਾਨੂੰ ਇਹ ਨਾ ਦੱਸਣ, ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਹਾਨੂੰ ਲੋਕ ਦੱਸਣਗੇ, ਹੁਣ ਲੋਕ ਤੁਹਾਡੇ ਕੋਲ ਹਿਸਾਬ ਲੈਣਗੇ, ਤੁਸੀਂ ਕੀ ਕੀਤਾ ਹਿੰਦੁਸਤਾਨ ਚ। ਬਾਲੀ ਜੀ, ਬਾਲੀ ਜੀ, ਭਾਜਪਾ ਦਾ ਕਹਿਣਾ ਇਹ ਹੈ ਕਿ ਲੋਕ ਵੱਡੀ ਪਿਕਚਰ ਦੇਖਣਗੇ, ਛੋਟੇ ਮੁੱਦਿਆਂ ਦੀ ਗੱਲ ਹੀ ਨਹੀਂ ਰਹੀ। ਹੁਣ ਕਹਿੰਦੇ ਛੋਟੇ ਮੁੱਦਿਆਂ ਦੀ ਗੱਲ ਹੀ ਨਹੀਂ ਹੈਗੀ, ਮੁੱਦੇ ਤੇ ਅਸੀਂ ਦੱਸਾਂਗੇ ਜਦੋਂ ਸਾਡੇ ਮੋਬਾਈਲ ਖੁੱਲਣਗੇ, ਜੋ ਅਸੀਂ ਸੇਫ ਕੀਤੇ ਹੋਏ ਨੇ, ਅਸੀਂ ਦੱਸਾਂਗੇ ਮੁੱਦੇ ਕੀ ਹੈਗੇ ਨੇ ਹਿੰਦੁਸਤਾਨ ਦੇ ਲੋਕਾਂ ਨੂੰ, ਜਦੋਂ ਡਿਬੇਟ ਚਾਹਾਂਗੇ, ਜਦੋਂ ਸਾਡੇ ਨਾਲ ਆ ਕੇ ਤੁਸੀਂ ਖੜੇ ਹੋਵੋਗੇ, ਤੁਸੀਂ ਬੀਜੇਪੀ ਅਗਰ ਇੱਕ ਵੀ ਜਵਾਬ ਦੇ ਜੇ ਤਾਂ ਅਸੀਂ ਮੰਨ ਜਾਵਾਂਗੇ। ਇਹ ਕਿਹੜੀ ਗੱਲ ਹੈਗੀ ਸਮਰੀਆ ਸਾਹਿਬ, ਸਮਰੀਆ ਸਾਹਿਬ ਉਹ ਕਹਿ ਰਹੇ ਨੇ ਕਿ ਮੁੱਦੇ ਸਾਡੇ ਕੋਲ ਵਧੀਆ, ਤੁਹਾਡੇ ਗਠਬੰਧਨ ਨਹੀਂ ਚੱਲਣਾ, ਮਤਲਬ ਕਿ ਐਨਡੀਏ ਜਿਹੜਾ ਹੈ ਕਾਮਯਾਬ ਨਹੀਂ ਹੋਊਗਾ। ਯੂ ਟਾਕਿੰਗ ਅਬਾਊਟ ਐਨਡੀਏ ਐਂਡ ਯੂਪੀ। ਮੈਂ ਇਹ ਕਹਿਣਾ ਚਾਹੁੰਦਾ, ਮੈਂ ਬਾਲੀ ਸਾਹਿਬ ਜੀ ਨੂੰ ਪੁੱਛਣਾ ਚਾਹੁੰਦਾ ਨਾ ਕਿ ਹਿੰਦੂ ਦੇ ਕਸ਼ਮੀਰ ਤੇ ਨਿਕਾਲੇ ਕਿਹਨੇ ਸੀ, ਤੁਸੀਂ ਲਿਆਏ ਕਿਉਂ ਨਹੀਂ? ਪੰਜਾਬ ਵੀ ਮੈਂ ਸਾਡੇ ਹੁਣ ਨਿਕਾਲੋ, ਹੁਣ ਦੱਸੋ ਤੁਸੀਂ ਹੱਲ ਹੋ ਗਈ, ਹੁਣ ਪੰਜਾਬ ਜਿਹੜਾ ਹੈ ਹਿੰਦੂ ਕਹਿੰਦੇ ਹੋ, ਭਾਰਤ ਦਾ ਹਿੱਸਾ, ਤੁਸੀਂ ਤਾਂ ਕਹਿੰਦੇ ਹੋ ਸੀ ਹਿੰਦੁਸਤਾਨ ਤੇ ਰੱਖੇ ਆ, ਤੁਸੀਂ ਆਲਰੇਡੀ ਆਲਰੇਡੀ ਆਪਣਾ ਸਮਾਂ ਘਟਿਆ, ਸੁਣੋ ਸਭ ਤੋਂ ਪਹਿਲਾਂ ਕਸ਼ਮੀਰੀਆਂ ਨੂੰ ਛੱਡ ਕੇ ਇੰਡੀਆ ਨੂੰ ਕੱਢਣਾ ਸ਼ੁਰੂ ਕਰ ਦਿੱਤਾ, ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਾ ਦੇ, ਤੁਹਾਡਾ ਕੰਮ ਉਧਰ ਜਾ, ਰੁਕ ਜਾ ਬਲੀ, ਰੁਕ ਜਾਓ, ਹਾਂ ਸਾਹਿਬ ਬਾਤ ਤਾਂ ਤੁਸੀਂ ਕਰਦੇ ਹੋ, ਆਪਕੇ ਲੀਡਰ ਸਮਰੀਆ ਸਾਹਿਬ, ਸਮਰੀਆ ਸਾਹਿਬ ਤੁਹਾਡੇ ਗਠਬੰਧਨ ਦੇ ਮੁਕਾਬਲੇ ਤੁਹਾਨੂੰ ਲੱਗਦਾ ਬਾਕੀ ਜਿਹੜੇ ਗਠਬੰਧਨ ਹੋਣ ਜਾ ਰਹੇ ਜਾਂ ਹੋਣ ਵਾਲੇ ਨੇ ਜਾਂ ਹੋਏ ਹੋਏ ਨੇ ਉਹ ਚੱਲ ਪਾਣਗੇ, ਪੰਜਾਬ ਦੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਜਾਂ ਜਿਹੜੇ ਦੂਜੇ ਗਠਬੰਧਨ ਉਹਨਾਂ ਤੇ ਕਰਨਗੇ? ਬਿਲਕੁਲ ਜੀ, ਸਾਡੇ ਕੋਲ ਪੰਜਾਬ ਦੇ ਗਠਬੰਧਨ ਤੇ ਵਿਸ਼ਵਾਸ ਹੋਊਗਾ, ਸੈਂਟਰਲ ਦੇ ਐਨਡੀਏ ਤੇ ਵਿਸ਼ਵਾਸ ਹੋਊਗਾ, ਮੋਦੀ ਜੀ ਫਿਰ ਪ੍ਰਧਾਨ ਮੰਤਰੀ ਬਣੂਗੇ ਔਰ ਪੂਰੀ ਤਰ੍ਹਾਂ ਸੇ ਭਾਰਤ ਵਰਸ਼ ਨਯਾ ਭਾਰਤ ਵਰਸ਼ ਬਣ ਕੇ ਬਣਕੇ ਰਹੂਗਾ। ਸੁਪਨੇ ਬਹੁਤ ਅੱਛੇ ਹੈ ਇਕਬਾਲ ਜੀ, ਗੱਲ ਏਦਾਂ ਜੀ, ਮੋਦੀ ਸਾਹਿਬ ਆਪਣੇ ਕੀਤੇ ਹੋਏ ਜਿਹੜੇ ਵਾਅਦੇ ਸੀ, ਇੱਕ ਵਾਅਦਾ ਦੱਸ ਦੇਣ ਵੀ ਅਸੀਂ ਆਹ ਪੂਰਾ ਕੀਤਾ, ਜਿਹਦੇ ਬਿਨਾਂ ਤੇ ਲੋਕ ਇਹਨਾਂ ਨੂੰ ਵੋਟਾਂ ਪਾਉਣ, ਮਤਲਬ ਇਹਨਾਂ ਨੇ ਲੋਕਾਂ ਨੂੰ ਭਟਕਾਇਆ ਹਮੇਸ਼ਾ। ਹੁਣ ਦੇਖੋ ਲੋਕ ਚੱਕੀ ਖੜੇ ਵੀ ਸਾਨੂੰ ਦੱਸ, ਤੂੰ ਇੰਨੇ ਵਾਅਦੇ ਕੀਤੇ ਸੀ, 15 ਲੱਖ GST, ਨੋਟਬੰਦੀ, ਹੋਰ ਕਿਆ ਕਿਆ, ਕਿੱਡੇ ਕਿੱਡੇ ਖੁਆਬ ਦਿਖਾਏ ਸੀ, ਇੱਕ ਸਿਰ ਦੇ ਬਦਲੇ 10 ਸਿਰ, ਹੈ ਕਿੱਥੇ? ਕੋਈ ਇੱਕ ਵਾਅਦਾ ਤਾਂ ਦੱਸ ਦੋ ਤਾਂ ਤੁਹਾਨੂੰ ਵੋਟਾਂ ਪਾਈਏ, ਲੋਕ ਪੁੱਛ ਰਹੇ ਹੈ, ਲੇਕਿਨ ਦੱਸਣ ਨੂੰ ਨਹੀਂ ਆ, ਦੱਸਣ ਨੂੰ ਕਹਿਣਗੇ ਉਹ ਪੁਲਵਾਮਾ ਦੇਖੋ, ਪੁਲਵਾਮਾ ਦੇਖੋ, ਪੁਲਵਾਮਾ ਦੇਖ ਕੇ ਵੋਟ ਪਾਈਏ ਤੁਹਾਨੂੰ,
ਪ੍ਰਭਾਵੀ ਹੋਣਗੇ ਪੰਜਾਬ ਚ? ਵੈਰੀ ਸ਼ੋਰਟਲੀ 20 seconds, ਆਮ ਰਨਿੰਗ ਸ਼ਾਰਟ ਆਫ ਟਾਈਮ। ਦੇਖੋ ਗੌਰਵਾਲੀਆ ਜੀ, ਜਿਹੜਾ ਗਠਬੰਧਨ ਹੈ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਜਿਹੜੇ ਇਹਨਾਂ ਦੇ ਨਾਲ ਵੀ ਬੈਠੇ ਉਹ ਵੀ ਖੇਤਰੀਆਂ ਪਾਰਟੀਆਂ ਤੋਂ ਹੀ ਨੇ, ਉਹ ਕੋਈ ਉੱਪਰੋਂ ਅਸਮਾਨ ਤੋਂ ਨਹੀਂ ਆਏ ਵੱਖਰੇ, ਉਹ ਵੀ ਇੱਥੋਂ ਹੀ ਸਟੇਟਾਂ ਦੇ ਜਿਹੜੇ ਵੱਖਰੇ ਵੱਖਰੇ ਦਲ ਨੇ ਉਹ ਹੀ ਇਹਨਾਂ ਦੇ ਵਿੱਚ ਸ਼ਾਮਿਲ ਨੇ। ਇੱਕ ਇੱਕ ਸੀਟ ਵਾਲਾ ਵੀ ਜਿਹੜਾ ਇਹਨਾਂ ਨੇ ਆਪਣੇ ਗਠਬੰਧਨ ਦੇ ਵਿੱਚ ਰੱਖਿਆ ਹੋਇਆ, ਤੇ ਉੱਥੇ ਇਹ ਗੱਲ ਕਹਿਣੀ ਕਿ ਖੇਤਰੀ ਪਾਰਟੀ ਹੈ, ਇਹਦਾ ਕੋਈ ਆਧਾਰ ਨਹੀਂ ਹੋ ਸਕਦਾ, ਸਾਰਿਆਂ ਦਾ ਹੀ ਆਧਾਰ ਹੈ ਆਪਣੀ ਸਾਰਿਆਂ ਆਧਾਰ ਹੈ। ਸਤਿੰਦਰ ਜੀ ਤੁਹਾਡੀ ਵੀ ਗੱਲ ਨਾਲ ਹੀ ਕਰ ਰਹੇ ਸੀਗੇ, ਇਹ ਵੀ ਛੋਟੀ ਪਾਰਟੀਆਂ ਹੀ ਹੈ, ਖੇਤਰੀ ਪਾਰਟੀਆਂ ਹੀ ਨੇ। ਮੇਰਾ ਤੇ ਇੱਕੋ ਹੀ ਹੈ ਜੀ, ਇਹਨਾਂ ਨੂੰ ਸਵਾਲ ਜਾਂ ਇਹਨਾਂ ਨੂੰ ਮੈਂ ਯਾਦ ਦਵਾ ਦਵਾਂ, ਗਾਂਧੀ ਫੈਮਿਲੀ ਤੁਸੀਂ ਲੈ ਲਓ ਜਿਹਨਾਂ ਨੇ ਹਿੰਦੁਸਤਾਨ 'ਤੇ ਰਾਜ ਕੀਤਾ। ਸੰਜੇ ਗਾਂਧੀ ਜਦੋਂ ਆਇਆ ਰਾਜਨੀਤੀ 'ਚ, ਉਦੋਂ ਮਾਰੂਤੀ ਦਾ ਬੜਾ ਵੱਡਾ ਸਕੈਂਡਲ ਹੋਇਆ ਸੀ, ਕਾਰ ਲਾਂਚ ਹੋਈ ਸੀ ਜੀ ਜੀ। ਇੰਦਰਾ ਗਾਂਧੀ ਆਈ ਉਦੋਂ ਇੱਕ ਚੈਰੀਟੇਬਲ ਸਕੈਂਡਲ ਹੋਇਆ ਸੀ, ਰਾਜੀਵ ਗਾਂਧੀ ਆਇਆ ਬੋਫਰਸ ਕੇਸ ਦਾ ਸਕੈਂਡਲ ਹੋਇਆ, ਸੋਨੀਆ ਗਾਂਧੀ ਆਈ ਅਗਸਤਾ ਵੈਸਟਲੈਂਡ ਦਾ ਸਕੈਂਡਲ ਹੋਇਆ, ਰਾਹੁਲ ਗਾਂਧੀ ਆਇਆ ਹੈਰਾਲਡ ਦਾ ਸਕੈਂਡਲ ਹੋਇਆ। ਇਹ ਸਕੈਂਡਲ ਇਹ ਪਰਿਵਾਰ ਦੇ ਪੰਜ ਜੀਆਂ ਨੇ ਰਾਜ ਕੀਤਾ ਤੇ ਪੰਜ ਸਕੈਂਡਲ ਮੋਦੀ ਦਾ ਸਕੈਂਡਲ ਦੱਸ ਦਿਨ ਰਫੇਲ ਤਾਂ ਸੁਪਰੀਮ ਕੋਰਟ ਨੇ ਕਹਿਤਾ ਮਹਾਰਾਜ। ਇੰਨੇ ਵੱਡੇ ਵੱਡੇ ਘੁਟਾਲੇ ਹੋਏ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਵੱਡੀ ਗੱਲ ਇਹ ਹੈ ਕਿ ਖੇਤਰੀ ਗਠਜੋੜ ਜਿਹੜੇ ਨੇ ਤੇ ਕੌਮੀ ਗਠਜੋੜ ਦੇ ਵਿੱਚ ਜਿਹੜੇ ਆ ਪੰਜਾਬ ਵਾਸੀ ਕਿਸ ਨੂੰ ਵੋਟ ਪਾਉਣਗੇ, ਕਿਹੜੇ ਗਠਜੋੜ ਤੇ ਭਰੋਸਾ ਕਰਨਗੇ, ਆਉਣ ਵਾਲੇ ਦਿਨਾਂ ਚ ਪਤਾ ਚੱਲੇਗਾ। ਤੁਸੀਂ ਸਾਰੇ ਸਾਡੇ ਨਾਲ ਬਣੇ, ਤੁਹਾਡਾ ਸਾਰਿਆਂ ਦਾ ਬਣਨ ਲਈ ਬਹੁਤ ਬਹੁਤ ਧੰਨਵਾਦ। ਪੰਜਾਬ ਪੁਆਇੰਟ ਦੇ ਵਿੱਚ ਇੰਨਾ ਹੀ ਜਾ ਸਕਦੇ ਹੋ, ਧੰਨਵਾਦ।